ਦਾ ਪਿਆਰ ਸਤਿਕਾਰ ਸਹਿਯੋਗ ਸਾਨੂੰ ਮਿਲਦਾ। ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਸਾਨੂੰ ਸਾਥ ਸਹਿਯੋਗ ਦਿੰਦੇ ਆ। ਨਾਲ ਹੀ ਅਸੀਂ ਧੰਨਵਾਦੀ ਹਾਂ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ, ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਨੇ। ਦਰਸ਼ਕ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ ਸਾਰੇ ਸਰੋਤਿਆਂ ਦਾ, ਤੁਹਾਡਾ ਆਪਣਾ ਵੀ ਬਹੁਤ ਮਿਹਰਬਾਨੀ ਜੀ। ਤੇ ਦਰਸ਼ਕ ਜੀ, ਕੇਂਦਰ ਫਿਰ ਕਿਸਾਨਾਂ ਦੇ ਜੋਸ਼ ਦੇ ਅੱਗੇ ਝੁਕ ਗਿਆ ਜਾਂ ਇਹ ਰਣਨੀਤੀ ਹੈ? ਅਸਲ ਦੇ ਵਿਚ ਤਾਂ ਆਪਾਂ ਜੇ ਅੱਜ ਜਾਂ ਕੱਲ ਦੋ ਦਿਨਾਂ ਦੇ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ, ਲੋਕਾਂ ਦਾ ਸੈਲਾਬ ਆ ਗਿਆ। ਕੱਲਾ ਸੈਲਾਬ ਹੀ ਨਹੀਂ ਆਇਆ ਗਾ, ਉਹਦੇ ਵਿਚ ਅਸੀਂ ਦੇਖਿਆ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਸ ਅੰਦੋਲਨ ਦੇ ਵਿਚ ਸਭ ਤੋਂ ਅੱਗੇ ਦੇਖੀ ਗਈ ਤੇ ਹੁਣ ਤੱਕ ਅਸੀਂ ਦੇਖਦੇ ਆ ਰਹੇ ਸੀਗੇ ਕਿ ਜਿੰਨੇ ਵੀ ਕਿਸਾਨ ਅੰਦੋਲਨ ਹੋਏ ਨੇ ਉਨ੍ਹਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਘੱਟ ਹੁੰਦੀ ਸੀ, ਪਰ ਦੇਖਿਆ ਗਿਆ ਕਿ ਇਸ ਜਿਹੜਾ ਅੰਦੋਲਨ ਹੈ ਪੂਰੇ ਪੰਜਾਬ ਦੇ ਚਾਹੇ 31 ਜਥੇਬੰਦੀਆਂ ਇਸ ਐਜੀਟੇਸ਼ਨ ਦੇ ਵਿਚ ਸ਼ਾਮਲ ਨੇ, ਪਰ ਉਨ੍ਹਾਂ ਦੇ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਕਾਫ਼ੀ ਅੱਗੇ ਰਹੀ ਹੈ ਤੇ ਉਹਦੇ ਵਿਚ ਉਗਰਾਹ ਗਰੁੱਪ ਨੇਤਾ ਜਾਂ ਦੂਜੇ ਗਰੁੱਪ ਜਿੰਨੇ ਵੀ ਸੀਗੇ, ਜਿੰਨੀਆਂ ਵੀ ਜਥੇਬੰਦੀਆਂ ਸੀ ਉਹ ਤਾਂ ਭਾਵੇਂ ਅੱਗੇ ਲੰਘਦੇ ਸੀਗਾ, ਪਰ ਉਗਰਾਹ ਗਰੁੱਪ ਜਿਹੜਾ ਹੈਗਾ ਪਿੱਛੇ ਬੈਠ ਗਿਆ ਸੀਗਾ। ਇਨ੍ਹਾਂ ਜਿੰਨੇ ਵੀ ਰੁਕਾਵਟਾਂ ਰੱਖੀਆਂ ਹੋਈਆਂ ਸੀਗੀਆਂ ਉਨ੍ਹਾਂ ਦੇਖ ਰਹੇ ਤੇ, ਕਿਉਂਕਿ ਪਹਿਲਾਂ ਇਨ੍ਹਾਂ ਜਥੇਬੰਦੀਆਂ ਦੇ ਵਿਚ ਇਹ ਫੈਸਲਾ ਹੋਇਆ ਸੀਗਾ, ਇਕ ਸਹਿਮਤੀ ਬਣੀ ਸੀ ਕਿ ਜਿੱਥੇ ਜਿੱਥੇ ਵੀ ਰੁਕਾਵਟਾਂ ਖੜੀਆਂ ਕੀਤੀਆਂ ਜਾਣਗੀਆਂ ਤੇ ਜਥੇਬੰਦੀਆਂ ਉੱਥੇ ਰੁਕ ਜਾਣਗੀਆਂ। ਪਰ ਦੇਖਣ ਵਿਚ ਇਹ ਆਇਆ ਕਿ ਜਦੋਂ ਹਰਿਆਣਾ ਦੇ ਵਿਚ ਖਾਸ ਤੌਰ ਤੇ ਅੰਬਾਲਾ ਦੇ ਵਿਚ ਕਿਸਾਨਾਂ ਨੇ, ਜਿਹੜੇ ਹਰਿਆਣੇ ਦੇ ਕਿਸਾਨ ਸੀਗੇ ਉਨ੍ਹਾਂ ਨੇ ਐਜੂਕੇਸ਼ਨ ਕੀਤੀ, ਉਨ੍ਹਾਂ ਵਿਚੋਂ ਇਕ ਨਰਤੇ ਜਿਹੜੇ ਲੜਕੇ ਦੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ, ਉਹਦੀ ਇੰਟਰਵਿਊ ਵੀ ਆਈ ਹੈ ਤੇ ਉਸ ਨੇ ਜਿਹੜੀ ਪਣਤੋਪ ਸੀ ਉਸ ਦਾ ਮੂੰਹ ਮੋੜਿਆ ਤੇ ਇਕ ਬਹਾਦਰੀ ਦਿਖਾਈ ਤੇ ਉਸਦੀ ਵੀਡੀਓ ਵਾਇਰਲ ਹੋਈ। ਉਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਜਿਹੜੇ ਪੰਜਾਬ ਦੇ ਵਿਚ ਵੀ ਨੌਜਵਾਨ ਸੀ ਉਨ੍ਹਾਂ ਦੇ ਖੂਨ ਵੀ ਜਿਹੜਾ ਖੋਲਣ ਲੱਗ ਪਿਆ ਕਿ ਸਾਨੂੰ ਇੱਥੇ ਬਹਿ ਕੇ ਨਹੀਂ ਰੁਕਣਾ ਚਾਹੀਦਾ ਤੇ ਸਾਨੂੰ ਵੀ ਅੱਗੇ ਵਧਣਾ ਚਾਹੀਦਾ। ਤੇ ਇਸੇ ਗੱਲ ਕਰਕੇ ਕਿਉਂਕਿ ਦੂਜੀਆਂ ਜਥੇਬੰਦੀਆਂ ਦੇ ਨੌਜਵਾਨਾਂ ਨੇ, ਜਿਨ੍ਹਾਂ ਵਿਚ ਹੁਣ ਰਿਪੋਰਟ ਆਈ ਹੈ ਕਿ ਜਿਹੜੇ ਟਰੈਕਟਰਾਂ ਦੇ ਸਟੰਟਬਾਜ਼ ਸੀਗੇ ਉਨ੍ਹਾਂ ਨੇ ਨਵੀਂ ਨਵੀਂ ਤਕਨੀਕ ਦੇ ਨਾਲ ਵੱਡੇ ਵੱਡੇ ਪੱਥਰ ਪਾਸੇ ਕੀਤੇ ਟਰੈਕਟਰਾਂ ਦੇ ਨਾਲ ਤੇ ਉਨ੍ਹਾਂ ਨੇ ਚੱਕ ਚੱਕ ਕੇ ਜਿਹੜੇ ਚੰਗਲੇ ਆ ਉਹ ਜਿਨ੍ਹਾਂ ਨੇ ਰਾਹ ਰੁੱਤੇ ਸੀਗੇ ਉਨ੍ਹਾਂ ਨੂੰ ਵੀ ਜਿਹੜਾ ਹੈਗਾ ਚੱਕ ਕੇ ਬਾਹਰ ਸੁੱਟਿਆ ਤੇ ਜਿੱਥੇ ਜਿੱਥੇ ਵੀ ਕੋਈ ਰੁਕਾਵਟ ਸੀ ਉਨ੍ਹਾਂ ਨੂੰ ਪਾਰ ਕਰ ਦਿੱਤਾ। ਉਨ੍ਹਾਂ ਨੇ ਪਾਣੀਆਂ ਦੀ ਧੋਪਾਂ ਦਾ ਜਿਹੜਾ ਹੈਗਾ ਦੀ ਪਰਵਾਹ ਨਹੀਂ ਕੀਤੀ, ਹੱਥ ਤੋੜਿਆਂ ਦੀ ਪਰਵਾਹ ਨਹੀਂ ਕੀਤੀ ਤੇ ਉਹ ਲਗਾਤਾਰ ਵਧਦੇ ਚਲੇ ਗਏ, ਭਾਵੇਂ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਦੇ ਲਈ ਬੜੇ ਜਿਹੜੇ ਯਤਨ ਕੀਤੇ, ਪੁਲਿਸ ਨੇ ਬੜੇ ਯਤਨ ਕੀਤੇ ਤੇ ਜਿਹੜੀ ਸੜਕ ਸੀ ਸੜਕਾਂ ਜਿਹੜੀਆਂ ਪੁੱਟ ਦਿੱਤੀਆਂ ਤਾਂ ਜੋ ਇਨ੍ਹਾਂ ਦੇ ਟਰੈਕਟਰ ਅੱਗੇ ਨਾ ਵੱਧ ਸਕਣ, ਪਰ ਫਿਰ ਵੀ ਜਿਹੜੇ ਹੈਗੇ ਜਿੰਨੀਆਂ ਵੀ ਕਿਸਾਨ ਯੂਨੀਅਨ ਦੇ ਲੋਕ ਸੀਗੇ, ਨੌਜਵਾਨ ਸੀਗੇ, ਉਹ ਅੱਗੇ ਵੱਧਦੇ ਚਲੇ ਗਏ। ਉਨ੍ਹਾਂ ਨੇ ਉਨ੍ਹਾਂ ਰੁਕਾਵਟਾਂ ਨੂੰ ਵੀ ਖਤਮ ਕਰ ਦਿੱਤਾ ਤੇ ਜਿਹੜੀਆਂ ਸੜਕਾਂ ਤੋੜੀਆਂ ਸੀਗੀਆਂ ਉਨ੍ਹਾਂ ਨੂੰ ਵੀ ਪੂਰਤਾ ਤੇ ਆਖਿਰਕਾਰ ਹੁਣ ਇਹ ਜਿਹੜੇ ਹੈ ਉੱਥੇ ਤੱਕ ਪਹੁੰਚ ਗਏ। ਜਦੋਂ ਦਿੱਲੀ ਦੇ ਨਜ਼ਦੀਕ ਪਹੁੰਚੇ ਨੇ ਤੇ ਇਹਦੇ ਵਿਚ ਇਕ ਚੰਗੀ ਗੱਲ ਇਹ ਹੈ ਕਿ ਕਿਸਾਨ ਜਿਹੜੇ ਹਰਿਆਣਾ ਦੇ ਕਿਸਾਨ ਨੇ
ਉਹ ਵੀ ਬਹੁਤ ਹਿੰਮਤ ਦੇ ਨਾਲ, ਬਹੁਤ ਹੀ ਜੋਸ਼ ਦੇ ਨਾਲ ਜਿਹੜੇ ਅਗਵਾਈ ਕਰ ਰਹੇ ਨੇ, ਉਹ ਵੀ ਲਗਾਤਾਰ ਅੱਗੇ ਪਹੁੰਚ ਰਹੇ ਨੇ। ਤੇ ਹੁਣ ਤੱਕ ਇਹੀ ਸਾਨੂੰ ਨਜ਼ਰ ਆ ਰਿਹਾ ਸੀ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਸਰਗਰਮ ਰਹੇ ਤੇ ਦੂਜੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹਨੇ ਸਰਗਰਮ ਨਹੀਂ ਰਹੇ। ਜਿਹੜਾ ਨੌਜਵਾਨ ਆ ਜਿਹਦੇ ਅੰਬਾਲੇ ਦੀ ਗੱਲ ਹੋ ਰਹੀ ਹੈ, ਜਿਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਉਹ ਵੀ ਹਰਿਆਣੇ ਦਾ ਹੀ ਨੌਜਵਾਨ ਸੀ। ਤੇ ਉਹਨਾਂ ਨੇ ਤਾਂ ਹੁਣ ਅੱਗੇ ਜਾ ਕੇ ਇਹ ਵੀ ਬਿਆਨ ਦਿੱਤਾ ਕਿ ਜੇਕਰ ਤੁਸੀਂ ਡੰਡੇ ਮਾਰਨੇ ਪਹਿਲਾਂ ਸਾਡੇ ਮਾਰੋ, ਅਸੀਂ ਪੰਜਾਬ ਦੇ ਕਿਸਾਨਾਂ ਦੇ ਇਹ ਡੰਡੇ ਨਹੀਂ ਬਚਾ ਸਕਾਂਗੇ। ਇਹ ਸਭ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਅਜਿਹਾ ਲੱਗਿਆ ਹੈ ਕਿ ਹੁਣ ਇਹ ਜਿਹੜਾ ਲੋਕਾਂ ਦਾ ਹੜ ਹੈ, ਕਿਵੇਂ ਕਿਸਾਨਾਂ ਦਾ ਹੜ ਆ ਚੁੱਕਿਆ, ਇਸ ਨੂੰ ਰੋਕਣਾ ਜਿਹੜਾ ਹੈਗਾ ਬਹੁਤ ਮੁਸ਼ਕਿਲ ਹੈ। ਜੇ ਰੋਕਣਾ ਹੈ ਤਾਂ ਰੋਕਣ ਵਾਸਤੇ ਜਿਹੜਾ ਹੈਗਾ ਸਰਕਾਰ ਨੂੰ ਹੋਰ ਜ਼ਿਆਦਾ ਸਖ਼ਤੀ ਕਰਨੀ ਪੈਣੀ ਸੀ, ਹੋ ਸਕਦਾ ਗੋਲੀਬਾਰੀ ਵੀ ਕਰਨੀ ਪੈਂਦੀ, ਲਾਠੀਚਾਰਜ ਵੀ ਕਰਨਾ ਪੈਂਦਾ, ਪਰ ਉਹ ਇਸ ਜਿਹੜਾ ਹੈਗਾ ਅਜਿਹਾ ਨਹੀਂ ਕੀਤਾ ਹੈਗਾ, ਕਿਉਂਕਿ ਜਿਹੜੇ ਕਿਸਾਨਾਂ ਦੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ। ਗ੍ਰਾਹਾਂ ਗਰੁੱਪ ਨੇ ਇਹ ਦਾਅਵਾ ਕੀਤਾ ਕਿ ਤਕਰੀਬਨ 1.5 ਲੱਖ ਵਿਅਕਤੀ ਉਹਨਾਂ ਦਾ ਦਿੱਲੀ ਪਹੁੰਚ ਰਿਹਾ। ਜੇ 1.5 ਲੱਖ ਗ੍ਰਾਹਾਂ ਗਰੁੱਪ ਦਾ ਤਾਂ 2-2.5 ਲੱਖ ਦੂਜੇ ਗਰੁੱਪਾਂ ਦੇ ਵੀ ਹੈਗੇ ਆ, ਤਾਂ ਇਸ ਤਰੀਕੇ ਨਾਲ ਤਕਰੀਬਨ ਦਿੱਲੀ ਦੇ ਵਿੱਚ 3 ਲੱਖ ਦਾ ਇਕੱਠ ਕਿਸਾਨਾਂ ਦਾ ਹੋ ਜਾਣਾ ਸੀਗਾ। ਇਹ ਜੇ ਇਕੱਠ ਨੂੰ ਹੰਡਾਉਣਾ ਇੰਨੇ ਮਤਲਬ ਬਹੁਤ ਕੇਂਦਰ ਲਈ ਵੀ ਬੜਾ ਔਖਾ ਸੀਗਾ। ਇਸ ਸਬੰਧ ਵਿੱਚ ਕੇਂਦਰ ਨੇ ਪਹਿਲਾਂ ਤਾਂ ਸਖ਼ਤ ਰੁੱਖ ਵੀ ਅਪਣਾਇਆ ਤੇ ਇਹ ਵੀ ਪਤਾ ਲੱਗਿਆ ਕਿ 9 ਸਟੇਡੀਅਮ ਮੰਗੇ ਸੀਗੇ ਉਹਨਾਂ ਦੀ ਜਿਹੜੀ ਦਿੱਲੀ ਪੁਲਿਸ ਹੈ ਕਿ ਉਹਨਾਂ ਨੂੰ ਜਿੰਨੇ ਵੀ ਕਿਸਾਨ ਆਉਣਗੇ ਉਹਨਾਂ ਵਾਸਤੇ ਅਸਥਾਈ ਜੇਲ੍ਹਾਂ ਬਣਾਈਆਂ ਜਾ ਸਕਣ, ਕਿਉਂਕਿ ਕੋਰੋਨਾ ਕਰਕੇ ਉਹਨਾਂ ਨੂੰ ਪੱਕੀਆਂ ਜੇਲ੍ਹਾਂ ਦੇ ਵਿੱਚ ਨਹੀਂ ਲੈ ਕੇ ਜਾਇਆ ਫਸਦਾ। ਪਰ ਜਦੋਂ ਜਿਉਂ ਜਿਉਂ ਦੇਖਿਆ ਕਿ ਕਿਸਾਨ ਲਗਾਤਾਰ ਵੱਧਦੇ ਚੱਲੇ ਆ ਰਹੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਵੀ ਔਖਾ ਹੈ, ਤੇ ਇਸ ਗੱਲ ਕਰਕੇ ਉਹਨਾਂ ਨੂੰ ਬਰਾੜੀ ਮੈਦਾਨ ਦੇ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਉੱਥੇ ਕਰ ਸਕਦੇ ਹੋ। ਪਰ ਸਿੱਧੂ ਸਾਹਿਬ ਗੱਲ ਇਹ ਹੈ ਕਿ ਬਹੁਤ ਸਾਰੇ ਕਿਸਾਨ ਇਹ ਕਹਿ ਰਹੇ ਨੇ ਕਿ ਜਦੋਂ ਜਿੰਨੇ ਵੀ ਹੁਣ ਤੱਕ ਦੇ ਧਰਨੇ ਹੋਏ ਨੇ ਜਿੰਨੇ ਤੱਕ ਜਿਹੜਾ ਹੈਗਾ ਉਹ ਜੰਤਰ ਤੰਤਰ ਵਿਖੇ ਕੀਤੇ ਜਾਂਦੇ ਆ ਤੇ ਰਾਮਲੀਲਾ ਮੈਦਾਨ ਵਿੱਚ ਕੀਤੇ ਜਾਂਦੇ ਆ, ਤੇ ਇਸ ਗੱਲ ਕਰਕੇ ਉਹ ਬਹੁਤ ਸਾਰੀ ਜਥੇਬੰਦੀਆਂ ਇਸ ਗੱਲ ਲਈ ਰਾਜੀ ਨਹੀਂ ਹੋ ਰਹੀਆਂ ਕਿ ਉਹ ਬਰਾੜੀ ਦੇ ਮੈਦਾਨ ਵਿੱਚ ਚਲੇ ਜਾਣ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਇੱਕ ਨਿਰੰਕਾਰੀ ਮਿਸ਼ਨ ਦਾ ਮੈਦਾਨ ਹੈ, ਤੇ ਇਹਦੇ ਨਾਲ ਨਾਲ ਕੁਛ ਇਸ ਤਰੀਕੇ ਦੀਆਂ ਵੀ ਮਤਲਬ ਕਨਸੋਹਾਂ ਨੇ ਕਿ ਬਹੁਤ ਸਾਰੀ ਜਥੇਬੰਦੀਆਂ ਉੱਥੇ ਜਾਣਾ ਨਹੀਂ ਚਾਹ ਰਹੀ ਹੈਗੀਆਂ। ਉਹਦਾ ਕਾਰਨ ਇਹ ਹੈ ਕਿ ਜਦੋਂ 80 ਤੇ 90 ਦਾ ਦਹਾਕਾ ਸੀਗਾ ਤਾਂ ਨਿਰੰਕਾਰੀ ਮਿਸ਼ਨ ਵਾਲਿਆਂ ਦੇ ਨਾਲ ਸਿੱਖਾਂ ਦਾ ਬਹੁਤ ਵੱਡਾ ਟਕਰਾਵ ਚੱਲਦਾ ਆਇਆ, ਤੇ ਖਾਸ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ 90 ਤੇ 80 ਦਾ ਟਕਰਾਵ ਸੀਗਾ ਉਸਦਾ ਮੂਲ ਕਾਰਨ ਹੀ ਨਿਰੰਕਾਰੀ ਸੀਗੇ। ਇਸ ਕਾਰਨ ਕਰਕੇ ਕਿਉਂਕਿ 1978 ਦੇ ਵਿੱਚ ਨਿਰੰਕਾਰੀ ਦੇ ਮਿਸ਼ਨ ਦੇ ਜਿਹੜੇ ਇੱਕ ਸਮਾਗਮ ਸੀਗਾ ਉਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਗਈਆਂ ਤਾਂ ਉਹਨਾਂ ਉੱਤੇ ਗੋਲੀ ਚਲਾ ਦਿੱਤੀ ਸੀ, ਕਿਤੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸੀਗੇ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਨਿਰੰਕਾਰੀਆਂ ਦੇ ਨਾਲ ਇਹ ਟਕਰਾਓ ਚੱਲਿਆ ਰਿਹਾ ਤੇ ਜਦੋਂ ਖਾੜਕੂਵਾਲ ਦਾ ਜ਼ਮਾਨਾ ਸੀਗਾ ਤਾਂ ਬਹੁਤ ਸਾਰੇ ਨਿਰੰਕਾਰੀ ਉਸ ਸਮੇਂ ਕਤਲ ਵੀ ਹੋਏ ਹੈ, ਤੇ ਭਾਵੇਂ ਕਿ ਉਦੋਂ ਤੋਂ ਬਾਅਦ ਜਿਹੜੇ ਨਿਰੰਕਾਰੀਆਂ ਨੇ ਕਦੇ ਸਿੱਖਾਂ ਦੇ ਖਿਲਾਫ਼ ਕੋਈ ਗੱਲਬਾਤ ਨਹੀਂ ਕੀਤੀ, ਪਰ ਇਹ ਹੈ ਕਿ ਜਿਹੜੇ ਆਮ ਤੌਰ ਤੇ ਸਿੱਖ ਨੇ ਉਹ ਨਿਰੰਕਾਰੀਆਂ ਦੇ ਨਾਲ ਆਪਣਾ ਜਿਹੜਾ ਹੈਗਾ ਰਿਸ਼ਤੇਦਾਰੀ ਨਹੀਂ ਰੱਖਦੇ, ਬਹੁਤ ਸਾਰਾ ਇਸ ਤਰੀਕੇ ਦਾ ਚੱਲਦਾ ਕਿ ਉਹਨਾਂ ਨਾਲ ਰੋਟੀ ਬੇਟੀ ਦਾ ਸੰਬੰਧ ਨਹੀਂ ਕਾਇਮ ਕੀਤਾ ਜਾਂਦਾ ਹੈਗਾ।
ਇਸ ਵਿਚ ਜਿਹੜੀ ਸਿੱਖ ਜਿੰਨੀਆਂ ਵੀ ਕਿਸਾਨ ਯੂਨੀਅਨ ਨੇ ਉਹਨਾਂ ਵਿਚ ਬਹੁਤੀ ਗਿਣਤੀ ਸਿੱਖਾਂ ਦੀ ਹੈ ਤੇ ਇਸ ਗੱਲ ਕਰਕੇ ਜਿਹੜੇ ਸਿੱਖ ਮਤਲਬ ਉੱਥੇ ਜਾਣ ਤੋਂ ਝਿਜਕਦੇ ਵੀ ਨੇ ਤੇ ਕੁਛ ਜਥੇਬੰਦੀਆਂ ਦਾ ਇਹ ਵੀ ਜਿਹੜਾ ਸਟੈਂਡ ਹੈ ਕਿ ਉੱਥੇ ਜਿਹੜਾ ਹੈਗਾ ਉੱਥੇ ਵੀ ਜਾਣ ਦੀ ਥਾਂ ਤੇ ਅਸੀਂ ਜਿੱਥੇ ਖੜੇ ਹਾਂ ਉੱਥੇ ਹੀ ਆਪਣਾ ਧਰਨਾ ਲਾ ਕੇ ਬੈਠ ਜਾਵਾਂਗੇ ਤੇ ਸਾਨੂੰ ਜਿਹੜਾ ਹੈਗਾ ਉੱਥੇ ਜਾਣ ਖਾਸ ਤੌਰ ਤੇ ਜਾਂ ਤਾਂ ਰਾਮਲੀਲਾ ਮੈਦਾਨ ਭੇਜਿਆ ਜਾਵੇ ਜਾਂ ਜੰਤਰ ਮੰਤਰ ਵਿਖੇ ਭੇਜਿਆ ਜਾਵੇ। ਇਹਦੇ ਨਾਲ ਨਾਲ ਸਿੱਧੂ ਸਾਹਿਬ ਕੁਛ ਅੱਜ ਜਿਹੜੀਆਂ ਨਵੀਂ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਉਹ ਵੀ ਆਪਣੇ ਆਪ ਤੇ ਬੜੀ ਤਸ਼ਵੀਸ਼ਨਾਕ ਨੇ ਤੇ ਉਹ ਜੇਕਰ ਉਹੋ ਜਿਹੀ ਗੱਲਾਂ ਹੋ ਵੀ ਜਾਂਦੀਆਂ ਨੇ ਤਾਂ ਉਹ ਵੀ ਬਹੁਤ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਤੇ ਉਹਦੇ ਵਿਚ ਅੱਜ ਮੈਂ ਸਵੇਰੇ ਸਵੇਰੇ ਜਦੋਂ ਸੈਰ ਕਰ ਰਿਹਾ ਸੀਗਾ ਤਾਂ ਇੱਕ ਜਿਹੜੇ ਪ੍ਰਿੰਸੀਪਲ ਰਹਿ ਸਕੇ ਬਹੁਤ ਵੱਡੇ ਕਾਲਜ ਦੀ ਉਸਦਾ ਫੋਨ ਮੈਨੂੰ ਆਇਆ ਤੇ ਉਹਨੇ ਇਹ ਗੱਲ ਕਹੀ ਕਿ ਮੈਨੂੰ ਅਮਰੀਕਾ ਕੈਨੇਡਾ ਤੋਂ ਫੋਨ ਆ ਰਹੇ ਨੇ ਤੇ ਉਹਨਾਂ ਵਿਚ ਲੋਕਾਂ ਵੱਲੋਂ ਜਿਹੜੇ ਹੈਗੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਤੇ ਕਿਉਂ ਨੀ ਜਿਹੜੇ ਸਾਡੇ ਨੌਜਵਾਨ ਨੇ ਖਾਲਿਸਤਾਨ ਦਾ ਝੰਡਾ ਚੁੱਕ ਲੈਂਦੇ ਤਾਂ ਉਸ ਸੰਬੰਧ ਵਿਚ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਕਿ ਠੀਕ ਹੈ ਕੇਂਦਰ ਸਰਕਾਰ ਵੱਲੋਂ ਜ਼ਿਆਦਤੀਆਂ ਹੋ ਰਹੀਆਂ ਨੇ ਇਹ ਜ਼ਿਆਦਤੀਆਂ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੈਗੀਆਂ ਪਰ ਇਹ ਗੱਲ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਹੈ ਕਿ ਨੌਜਵਾਨ ਹਥਿਆਰ ਚੱਕਣ ਜੇਕਰ ਅਸਲ ਦੇ ਵਿਚ ਕੇਂਦਰ ਸਰਕਾਰ ਜਿਹੜੀ ਗੱਲ ਤੁਸੀਂ ਪਹਿਲਾਂ ਪੁੱਛੀ ਸੀ ਕਿ ਇਹ ਕੋਈ ਪੈਂਤੜੇਬਾਜ਼ੀ ਹੈ ਉਹੀ ਜੀ ਪੈਂਤੜੇਬਾਜ਼ੀ ਹੈ ਕਿ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨਾਂ ਦਾ ਜਿਹੜਾ ਇਹ ਐਜੀਟੇਸ਼ਨ ਹੈ ਹਿੰਸਕ ਰੂਪ ਧਾਰਨ ਕਰ ਲਵੇ ਤੇ ਹਿੰਸਕ ਰੂਪ ਜੇਕਰ ਧਾਰਨ ਕਰਦਾ ਹੈ ਤਾਂ ਉਹਦੇ ਨਾਲ ਕਿਸਾਨਾਂ ਦੀ ਜਿਹੜੀ ਹੈਗੀ ਹੈ ਬਦਨਾਮੀ ਹੁੰਦੀ ਹੈ ਤੇ ਪੰਜਾਬ ਦੇ ਵਿਚ ਇਨ੍ਹਾਂ ਨੇ 2 ਮਹੀਨੇ ਤੱਕ ਐਜੀਟੇਸ਼ਨ ਕੀਤੀ ਹੈ ਤੇ ਕਦੇ ਵੀ ਕੋਈ ਹਿੰਸਕ ਕਦਮ ਨਹੀਂ ਚੁੱਕਿਆ ਹੈਗਾ ਤੇ ਆਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਭਾਵੇਂ ਅੱਜ ਤੱਕ ਕੋਈ ਰੈਲੀ ਨਹੀਂ ਹੋਏਗੀ ਕੱਲ ਨੂੰ ਜਾਂ ਕਿਸੇ ਵੀ ਦਿਨ ਜਿਹੜੀ ਕਿਸਾਨ ਇਕੱਠੇ ਹੋਏ ਨੇ ਉਹ ਰੈਲੀ ਕਰਨਗੇ ਜਾਂ ਕੋਈ ਹੋਰ ਵੀ ਕਾਰਵਾਈ ਕਰ ਰਹੇ ਆ ਉਹਦੇ ਵਿਚ ਕੋਈ ਨਾ ਕੋਈ ਹਿੰਸਕ ਘਟਨਾ ਨਹੀਂ ਹੋਣੀ ਚਾਹੀਦੀ ਤੇ ਜੇਕਰ ਹਿੰਸਕ ਘਟਨਾ ਹੁੰਦੀ ਹੈ ਤਾਂ ਕੇਂਦਰ ਨੂੰ ਚਾਹੇ ਹਰਿਆਣਾ ਸਰਕਾਰ ਹੈ ਉਹਨਾਂ ਸਭ ਨੂੰ ਇੱਕ ਮੌਕਾ ਮਿਲ ਜਾਂਦਾ ਹੈ ਇਹਨਾਂ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ। ਦੂਜੀ ਗੱਲ ਇਹ ਹੈ ਕਿ ਜੋ ਵੀ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਵੱਲੋਂ ਸਟੈਂਡ ਲਿਆ ਗਿਆ ਹੈ ਉਹਦੇ ਵਿਚ ਅੱਜ ਫਿਰ ਨਰਿੰਦਰ ਤੋਮਰ ਨੇ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਕਿ ਜਿੰਨੇ ਵੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਕਰਨ ਦਾ ਜਿਹੜਾ ਤਰੀਕਾ ਜੋ ਉਹਨਾਂ ਦਾ ਕਹਿਣ ਦਾ ਢੰਗ ਤਰੀਕਾ ਹੈ ਉਹ ਆਪਣੇ ਆਪ ਦੇ ਵਿਚ ਇਸ ਗੱਲ ਕਰਕੇ ਠੀਕ ਨਹੀਂ ਲੱਗਦਾ ਹੈਗਾ ਕਿ ਉਹ ਕਹਿੰਦੇ ਨੇ ਕਿ ਅਸੀਂ ਜੇ ਕੁਛ ਭਰਮ ਨੇ ਉਹਨਾਂ ਭਰਮਾਂ ਨੂੰ ਦੂਰ ਕਰਾਂਗੇ ਜਿਹੜੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਾਂਗੇ ਤੇ ਕਹਿਣ ਤੋਂ ਭਾਵ ਇਹ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਕਿਸਾਨ ਯੂਨੀਅਨ ਦੀ ਗੱਲ ਨਹੀਂ ਸਮਝਦੇ ਹੈਗੇ ਜਿਹੜੇ ਇਹ ਉਹਨਾਂ ਵਿਚ ਜਿਹੜੀ ਖਾਸ ਤੌਰ ਤੇ ਮੋਦੀ ਸਰਕਾਰ ਆ ਉਹਦੇ ਵਿਚ ਇਹ ਪ੍ਰਵਿਰਤੀ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਅਫਸੋਸ ਦੀ ਗੱਲ ਹੈ ਕਿ ਕਦੇ ਵੀ ਉਸ ਵੱਲੋਂ ਦੂਜਿਆਂ ਦੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈਗੀ ਤੇ ਹੁਣ ਵੀ ਤੋਮਰ ਸਾਹਿਬ ਵੀ ਕਹਿੰਦੇ ਨੇ ਹੋਰ ਵੀ ਜਿਹੜੇ ਵੱਡੇ ਵੱਡੇ ਉਹਨਾਂ ਦੇ ਕੇਂਦਰ ਸਰਕਾਰ ਦੇ ਜਮਾਉਂਦੇ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਹੈਗਾ ਜਿਹੜੇ ਕਿਸਾਨ ਆਉਣਗੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਸਮਝਾਵਾਂਗੇ ਅਸਲ ਦੇ ਵਿਚ ਉਹਨੂੰ ਸਮਝਣ ਦੀ ਗੱਲ ਹੈ ਤੇ ਗੱਲਬਾਤ ਆਪਸ ਦੇ ਵਿਚ ਕਰਨ ਦੀ ਹੈ ਕੋਸ਼ਿਸ਼ ਦਾ ਜਿਵੇਂ ਪਿਛਲੀ ਮੀਟਿੰਗ ਦੇ ਵਿਚ ਹੋਈ ਕਿਸਾਨਾਂ ਨੇ ਆਪਣੀਆਂ ਗੱਲਾਂ ਕਹੀਆਂ ਕੇਂਦਰ ਸਰਕਾਰ ਨੇ ਆਪਣੀ ਗੱਲਾਂ ਕਹੀਆਂ ਤੇ ਉਹ ਇਕ ਪੋਜ਼ਿਟਿਵ ਰਿਸਪੋਂਸ ਸੀਗਾ ਇਸ ਤੋਂ ਬਾਅਦ ਜਿਹੜਾ ਹੈਗਾ
ਅਗਲੀ ਗੱਲ ਤਾਂ ਇਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਇਹ ਗੱਲ ਕਰ ਰਹੇ ਨੇ ਵੀ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈਗਾ ਉਸ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ। ਇਹ ਜੋ ਬਿੱਲ ਨੇ ਉਨ੍ਹਾਂ ਵਿਚ ਇਸ ਗੱਲ ਦੀ ਤਰਮੀਮ ਹੋਣੀ ਚਾਹੀਦੀ ਹੈ, ਸੋਧ ਹੋਣੀ ਚਾਹੀਦੀ ਹੈ ਕਿ ਇਸ ਨੂੰ ਖਤਮ ਨਹੀਂ ਕੀਤਾ ਜਾਊਗਾ। ਸਿਰਫ ਸਿਰਫ ਜਵਾਨੀ ਕਵਾਲੀ ਕਹੀ ਜਾਂਦਾ ਹੈ। ਅੱਜ ਜਿਹੜੇ ਰਾਜਨਾਥ ਸਿੰਘ ਨੇ, ਜਿਹੜੇ ਰੱਖਿਆ ਮੰਤਰੀ ਨੇ, ਉਨ੍ਹਾਂ ਨੇ ਵੀ ਇਹ ਦੁਬਾਰਾ ਗੱਲ ਕਹੀ ਹੈ ਕਿ ਜਿਹੜੀ ਹੈਗੀ ਹੈ ਅਸੀਂ ਜਿਹੜੀ ਹੈਗਾ ਘੱਟੋ ਘੱਟ ਸਮਰਥਨ ਮੁੱਲ ਨੂੰ ਖਤਮ ਨਹੀਂ ਕਰਾਂਗੇ। ਇਸ ਸਾਰੇ ਆਪਾਂ ਘਟਨਾਕ੍ਰਮ ਦੀ ਜੇ ਆਪਾਂ ਗੱਲ ਕਰਦੇ ਹਾਂ ਜਿੱਥੇ ਪੂਰੇ ਜਿਹੜੇ ਚਾਹੇ ਆਪਣੇ ਅਕਾਲੀ ਦਲ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਪਾਰਟੀ ਹੈ, ਜਾਂ ਕੱਲੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਾਰੀ ਦੇ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀ ਹੈਗੀ ਸਾਡੇ ਕਿਸਾਨਾਂ ਦਾ ਸਮਰਥਨ ਸਾਡੇ ਕਿਸਾਨਾਂ ਨੂੰ ਸਮਰਥਨ ਦਿੱਤਾ। ਤੇ ਦੂਜੇ ਪਾਸੇ ਜਿਹੜੇ ਖਾਸ ਤੌਰ ਤੇ ਹਰਿਆਣੇ ਦੀ ਗੱਲ ਚੱਲਦੀ ਹੈ, ਖੱਟਰ ਨੇ ਇਸ ਮਾਮਲੇ ਵਿਚ ਸਭ ਤੋਂ ਵੱਡਾ ਕਣਕ ਦਾ ਟਿੱਕਾ ਆਪਣੇ ਮੱਥੇ ਤੇ ਲਾ ਦਿੱਤਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਰੁਕਾਵਟਾਂ ਖੜੀਆਂ ਕੀਤੀਆਂ ਤੇ ਕਿਸਾਨ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਚਲੇ ਗਏ ਤੇ ਉਹਦੇ ਨਾਲ ਜਿਹੜਾ ਹੈਗਾ ਖੱਟਰ ਦਾ ਨਾਮ ਜਿਹੜਾ ਹੈਗਾ ਇਕ ਭਜਨ ਲਾਲ ਦੇ ਬਰਾਬਰ ਚਲੇ ਜਾਂਦਾ ਹੈ, ਕਿਉਂਕਿ ਭਜਨ ਲਾਲ ਨੇ ਵੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਸੀਗਾ ਉਸ ਨੇ ਇਕ ਸਮੇਂ ਸਿੱਖਾਂ ਦੇ ਖਿਲਾਫ਼ ਇਸ ਤਰੀਕੇ ਦੇ ਨਾਲ ਜ਼ਿਆਦਤੀਆਂ ਕੀਤੀਆਂ ਸੀਗੀਆਂ। ਭਾਵੇਂ ਕਿ ਮਨੋਹਰ ਲਾਲ ਖੱਟਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਅੱਜ ਦੇ ਆਪਾਂ ਸਮੇਂ ਦੇ ਵਿਚ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਕੁਛ ਖੱਟੜ ਉਨ੍ਹਾਂ ਨੇ ਕੀਤਾ ਉਸ ਦੇ ਨਾਲ ਜਿਹੜੀ ਖਾਸ ਤੌਰ ਤੇ ਕਿਸਾਨੀ ਵੋਟ ਹੈ ਉਹਦੇ ਨਾਲ ਕਾਫ਼ੀ ਹੱਦ ਤੱਕ ਟੁੱਟ ਗਈ ਹੋਗੀ। ਖਾਸ ਤੌਰ ਤੇ ਜਿਹੜੀ ਸਿੱਖ ਵੋਟ ਹੈ ਉਹ ਵੀ ਇਨ੍ਹਾਂ ਨਾਲੋਂ ਟੁੱਟੀ ਹੋਗੀ। ਤੇ ਉਸ ਤੋਂ ਬਾਅਦ ਇਕ ਹੋਰ ਅਗਲਾ ਸਵਾਲ ਪੈਦਾ ਹੁੰਦਾ ਹੈ, ਉਹ ਹੈ ਚੁਟਾਲਾ, ਦੁਸ਼ਯੰਤ ਚੁਟਾਲਾ ਜਿਹੜੇ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੀ ਪਾਰਟੀ ਕਹਾਉਂਦੀ ਹੈ। ਉਸ ਪਾਰਟੀ ਦੇ ਉੱਤੇ ਪਹਿਲਾਂ ਵੀ ਦਬਾਅ ਚੱਲਿਆ ਆ ਰਿਹਾ ਸੀਗਾ ਕਿ ਉਨ੍ਹਾਂ ਨੂੰ ਜਿਹੜਾ ਕਿਸਾਨਾਂ ਦੇ ਹੱਕ ਵਿਚ ਬੋਲਣਾ ਚਾਹੀਦਾ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਦੁਸ਼ਯੰਤ ਚੁਟਾਲਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਬੋਲ ਰਹੇ ਨੇ। ਉਨ੍ਹਾਂ ਵੱਲੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਮੰਨਿਆ ਨਹੀਂ ਜਾ ਰਿਹਾ ਹੈਗਾ ਤੇ ਇਸ ਦਾ ਖਮਿਆਜਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਭੁਗਤਣਾ ਪੈ ਸਕਦਾ। ਤੇ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਪੂਰੀ ਦੀ ਪੂਰੀ ਘਟਨਾਕ੍ਰਮ ਵਾਪਰਿਆ ਉਹਦੇ ਵਿਚ ਕਿਸਾਨਾਂ ਦੀ ਬਹੁਤ ਵੱਡੀ ਨੈਤਿਕ ਜਿੱਤ ਹੋਈ ਹੈ। ਇਹ ਗੱਲ ਅਲੱਗ ਹੈ ਕਿ ਹਰ ਕੇਂਦਰ ਸਰਕਾਰ ਗੱਲਬਾਤ ਕਰਦੀ ਹੈ ਨਹੀਂ ਕਰਦੀ, ਜਾਂ ਉਨ੍ਹਾਂ ਕਿਸਾਨਾਂ ਦੀ ਮੰਗਾਂ ਨੂੰ ਮੰਨਦੀ ਹੈ ਨਹੀਂ ਮੰਨਦੀ ਹੈਗੀ, ਇਹ ਬਾਅਦ ਦੀ ਗੱਲ ਹੈ। ਪਰ ਇਹ ਹੈ ਕਿ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਇਹ ਦਿਖਾ ਦਿੱਤਾ ਕਿ ਜਿਹੜਾ ਪੰਜਾਬ ਹੈ ਉਹ ਹਮੇਸ਼ਾ ਹੀ ਜਿੰਨੇ ਵੀ ਕ੍ਰਾਂਤੀਆਂ ਹੁੰਦੀਆਂ ਨੇ, ਜਿੰਨੇ ਵੀ ਅੰਦੋਲਨ ਹੁੰਦੇ ਨੇ, ਉਹ ਸਭ ਤੋਂ ਅੱਗੇ ਰਹਿੰਦਾ ਹੈ। ਜੇ ਇਸੇ ਤਰੀਕੇ ਦੀ ਭੀੜ 1977 ਦੇ ਵਿਚ ਪੂਰੇ ਭਾਰਤ ਦੇ ਉੱਤੇ ਬਣੀ ਸੀ ਜਦੋਂ ਜਿਹੜੀ ਹੈਗੀ ਹੈ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਗੂ ਕੀਤੀ ਸੀ, ਤਾਂ ਇੱਥੇ ਦੀ ਜਿਹੜੀ ਸਿੱਖ ਲੀਡਰਸ਼ਿਪ ਸੀਗੀ ਉਸ ਨੇ ਪੈਰਕਦਮੀ ਕਰਦੇ ਹੋਏ ਇੰਨਾ ਵੱਡੀ ਐਗੀਟੇਸ਼ਨ ਖੜੀ ਕੀਤੀ ਕਿ ਇੰਦਰਾ ਗਾਂਧੀ ਨੂੰ ਹਾਰ ਮੰਨਣੀ ਪਈ ਸੀ ਤੇ ਉਸ ਜਿੱਤ ਦਾ ਸਿਰਾ ਵੀ ਜਿਹੜਾ ਹੈਗਾ ਪੰਜਾਬ ਦੀ ਲੀਡਰਸ਼ਿਪ ਦੇ ਸਿਰ ਤੇ ਗਿਆ ਸੀਗਾ। ਤੇ ਜੋ ਕੁਛ ਵੀ ਭਾਰਤ ਦੇ ਵਿਚ ਹੋ ਰਿਹਾ ਉਸਦਾ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਜਿਸ ਤਰੀਕੇ ਦੀ ਰਿਪੋਰਟਿੰਗ ਹੋ ਰਹੀ ਹੈ ਉਹ ਜਿਹੜਾ ਹੈਗਾ ਖਾਸ ਤੌਰ ਤੇ ਭਾਰਤੀ ਮੀਡੀਆ ਜਿਹਨੂੰ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਉਸ ਵੱਲੋਂ ਨਾ ਪੱਖੀ ਸੀ ਜਿਹੜੀ ਹੈਗੀ ਰਿਪੋਰਟਿੰਗ ਕਰੀ ਜਾ ਰਹੀ ਹੈ।
ਉਹਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਪੰਜਾਬ ਤੋਂ ਕਿਸਾਨ ਜਾ ਰਹੇ ਨੇ ਉਹ ਹਿੰਸਕ ਰੂਪ ਅਖਤਿਆਰ ਕਰ ਰਹੇ ਨੇ, ਉਹਨਾਂ ਵੱਲੋਂ ਹਿੰਸਕ ਕਾਰਵਾਈਆਂ ਕੀਤੀ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਤੇ, ਜਿਹੜੇ ਕਈ ਚੈਨਲ ਨੇ ਉਹਨਾਂ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਪਿੱਛੇ ਖਾਲਿਸਤਾਨੀ ਤੱਤ ਵੀ ਮੌਜੂਦ ਨੇ ਤੇ ਇਹਦੇ ਨਾਲ ਜਿਹੜਾ ਹੈਗਾ ਖਾਸ ਤੌਰ ਤੇ ਜਿਹੜੀ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦੇ ਉੱਤੇ ਬੜੀ ਸਾਵਧਾਨੀ ਵਰਤਣ ਦੀ ਲੋੜ ਪੈ ਰਹੀ ਹੈ ਕਿ ਕੋਈ ਅਜਿਹੇ ਤੱਤ ਇਸ ਐਜੂਟੇਸ਼ਨ ਦੇ ਵਿੱਚ ਨਾ ਆ ਜਾਣ ਜਿਹੜੇ ਕਿ ਇਸ ਅੰਦੋਲਨ ਨੂੰ ਬਦਨਾਮ ਕਰ ਦੇਣ। ਤੇ ਸਿੱਧੂ ਸਾਹਿਬ, ਜਿਵੇਂ ਆਪਾਂ ਹੁਣ ਇੰਡੀਅਨ ਮੀਡੀਆ ਦੀ ਗੱਲ ਕੀਤੀ ਹੈ ਤੇ ਵਿਦੇਸ਼ਾਂ ਦੇ ਵਿੱਚ ਵੀ ਅੱਜ ਜਿਹੜਾ ਹੈਗਾ ਭਾਰਤੀ ਜਿਹੜੇ ਅੰਦੋਲਨ ਹੈ ਉਸ ਦੀਆਂ ਖ਼ਬਰਾਂ ਛਪੀਆਂ ਨੇ, ਉਸ ਸਬੰਧ ਵਿਚ ਭਾਰਤ ਦੀ ਕਾਫ਼ੀ ਬਦਨਾਮੀ ਵੀ ਹੋਈ ਹੈ। ਖਾਸ ਤੌਰ ਤੇ ਅਲ ਜਜ਼ੀਰਾ ਨੇ ਜਿਹੜਾ ਕਿ ਬਹੁਤ ਇੰਟਰਨੈਸ਼ਨਲ ਲੈਵਲ ਦਾ ਇਕ ਚੈਨਲ ਹੈ, ਉਹਦੇ ਵਿਚ ਵੀ ਹੰਝੂ ਗੈਸ ਜਿਹੜੇ ਗੋਲੇ ਛੱਡੇ ਗਏ, ਪਾਣੀ ਦੇ ਬਿਛਾਰਾ ਕਿਸਾਨਾਂ ਦੇ ਉੱਤੇ ਛੱਡੀ ਗਈਆਂ, ਉਸ ਸਬੰਧ ਵਿਚ ਰਿਪੋਰਟਿੰਗ ਦਿਖਾਈ ਗਈ ਹੈ। ਇਸੇ ਤਰੀਕੇ ਨਾਲ ਵਾਸ਼ਿੰਗਟਨ ਪੋਸਟ ਦੇ ਵਿਚ ਵੀ ਜਿਹੜੀ ਇਸ ਦੀ ਰਿਪੋਰਟਿੰਗ ਛਪੀ ਹੈ, ਉਹਦੇ ਵਿਚ ਵੀ ਜਿਹੜਾ ਖਾਸ ਤੌਰ ਤੇ ਕਿਸਾਨਾਂ ਨਾਲ ਜਿਹੜੀਆਂ ਜਾਤੀਆਂ ਹੋਈਆਂ ਨੇ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੀ, ਆਮ ਆਦਮੀ ਪਾਰਟੀ ਦੇ MLA ਆ ਜਿਹੜੇ, ਇਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਟੇਬਲ ਨੂੰ ਪ੍ਰਦਰਸ਼ਨ ਕੀਤਾ। ਇਹ ਦਿੱਲੀ ਵਾਲੇ ਆਗੂ ਸੀ ਜਾਂ ਪੰਜਾਬ ਵਾਲੇ ਸੀਗੇ ਜੀ? ਇਹ ਜਿਹੜੇ ਜਿਨ੍ਹਾਂ ਨੇ ਪ੍ਰਦਰਸ਼ਨ ਕੀਤਾ ਉਹ ਪੰਜਾਬ ਦੇ ਸੀਗੇ। ਉਨ੍ਹਾਂ ਦੇ ਵਿਚ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਦੇ ਵੀ ਸੀ, ਦਿੱਲੀ ਦੇ ਵਿਚ ਸੀ। ਉਨ੍ਹਾਂ ਵਿਚੋਂ ਜਿਹੜੇ ਇਕ ਤਾਂ ਆਪਣੇ ਜਤਨੈਲ ਸਿੰਘ ਸੀਗੇ ਜਿਹੜੇ ਕਿ ਪੰਜਾਬ ਦੇ ਇੰਚਾਰਜ ਨੇ, ਉਸ ਤੋਂ ਇਲਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਨੇ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਪ੍ਰੋਫੈਸਰ ਬਲਵਿੰਦਰ ਕੌਰ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਤੇ ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ, ਇਹ ਸਾਰੇ ਇਸ ਐਜੂਟੇਸ਼ਨ ਦੇ ਵਿਚ ਸ਼ਾਮਲ ਸੀਗੇ। ਤੇ ਭਾਵੇਂ ਕਿ ਇਨ੍ਹਾਂ ਦੀ ਜਿਹੜੀ ਖ਼ਬਰ ਹੈ ਮੀਡੀਆ ਦੇ ਵਿਚ ਜ਼ਿਆਦਾ ਪ੍ਰਚਾਰੀ ਨਹੀਂ ਗਈ ਹੈਗੀ, ਖਾਸ ਤੌਰ ਤੇ ਜਿੰਨਾ ਵੀ ਮੀਡੀਆ ਸੀਗਾ ਉਨ੍ਹਾਂ ਦੀ ਜਿਹੜੀ ਸਭ ਤੋਂ ਸਭ ਜਿਹੜਾ ਕਿਸਾਨਾਂ ਦੀ ਜਿਹੜੀ ਐਜੂਟੇਸ਼ਨ ਸੀ ਉਸ ਦੇ ਉੱਤੇ ਕੇਂਦਰਿਤ ਸੀਗਾ। ਪਰ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਕਦਮ ਚੁੱਕਿਆ ਇੱਕ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਕੱਲ ਖਾਸ ਤੌਰ ਤੇ ਪਰਮਿੰਦਰ ਸਿੰਘ ਢੇਡਸਾ ਤੇ ਖਹਿਰਾ ਸਾਹਿਬ ਤੇ ਉਨ੍ਹਾਂ ਦੇ ਜਿਹੜੇ ਸਾਥੀ ਸੀਗੇ ਕਰਨਲ ਸਿੰਘ ਖਾਲਸਾ ਜਾਂ ਹੋਰ, ਉਹ ਵੀ ਉਨ੍ਹਾਂ ਨੇ ਜਿਹੜਾ ਕੱਲ ਜਦੋਂ ਕਿਸਾਨ ਹਲੇ ਪਹੁੰਚੇ ਨਹੀਂ ਸੀਗੇ ਉਦੋਂ ਵੀ ਐਜੂਟੇਸ਼ਨ ਕੀਤੀ ਤੇ ਉਹਦੇ ਵਿਚ ਵੀ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ। ਤੇ ਇਹ ਚੰਗੀ ਗੱਲ ਹੈ ਕਿ ਚਾਹੇ ਸਿਆਸੀ ਪਾਰਟੀਆਂ ਜਾਂ ਮਤਲਬ ਕੋਈ ਵੀ ਜਿਹੜੇ ਸਿਆਸੀ ਲੀਡਰ ਨੇ ਉਨ੍ਹਾਂ ਵੱਲੋਂ ਜਿਹੜਾ ਵੀ ਇਸ ਤਰੀਕੇ ਦੇ ਨਾਲ ਐਜੂਟੇਸ਼ਨ ਦੇ ਵਿਚ ਹਿੱਸਾ ਲਿਆ ਜਾ ਰਿਹਾ ਜਾਂ ਵੀ ਕੋਈ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਪ੍ਰਚਾਰ ਵੀ ਮਿਲਦਾ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਕਿਸਾਨਾਂ ਨੂੰ ਵੀ ਹੱਦਾਸ਼ੇਰੀ ਮਿਲਦੀ ਹੈ ਕਿ ਸਿਆਸੀ ਪਾਰਟੀਆਂ ਉਨ੍ਹਾਂ ਦੇ ਨਾਲ ਖੜੀਆਂ ਨੇ। ਇਸ ਤਰੀਕੇ ਨਾਲ ਇਹ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸੀਗੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਿਵਾਸ ਸਾਹਿਬ ਦੇ ਸਾਹਮਣੇ ਜਿਹੜਾ ਐਜੂਟੇਸ਼ਨ ਕੀਤੀ ਤੇ ਮੁਜ਼ਾਹਰਾ ਕੀਤਾ ਤੇ ਭਾਵੇਂ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਵੀ ਸੀਗਾ, ਪਰ ਇਹ ਹੈ ਕਿ ਇਹ ਇੱਕ ਆਪਣੇ ਆਪ ਦੇ ਵਿਚ ਚੰਗੀ ਗੱਲ ਕਹਿ ਸਕਦੀ ਹੈ। ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੇ ਸਮੇਂ ਤੋਂ ਲਗਾਤਾਰ ਇਹੀ ਕਹਿੰਦੀ ਆ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਇਹ, ਪਰ ਅਸੀਂ ਆਪਣਾ ਝੰਡਾ ਨਹੀਂ ਲੈ ਕੇ ਜਾਵਾਂਗੇ। ਪਰ ਉਨ੍ਹਾਂ ਨੇ ਜੋ ਕੁਛ ਵੀ ਕੀਤਾ ਇੱਕ ਵਧੀਆ ਕਦਮ ਹੀ ਚੁੱਕਿਆ ਹੈ। ਉਨ੍ਹਾਂ ਦਾ ਝੰਡਾ ਤਾਂ ਹੋਰ ਹੀ ਬਿਆਨ ਦੇਈ ਜਾਂਦਾ ਸੀ, ਖੈਰ ਆਪਾਂ ਉਹਦੀ ਗੱਲ ਕਰਾਂਗੇ ਜੀ ਗਾਹਾਂ ਜਾ ਕੇ। ਤੇ ਪਰ ਆਹ ਦੱਸਿਓ, ਕੋਰੋਨਾ ਵੀ ਹੁਣ ਵਾਹਵਾ ਵੱਧ ਗਿਆ, 93 ਲੱਖ, ਮੈਨੂੰ ਲੱਗਦਾ ਕਰੋੜ ਤੇ ਜਾ ਕੇ ਤਾਂ ਖੜੂ ਆਪਣਾ ਅੰਕੜਾ ਜੀ। ਹਾਂ, ਮੈਂ ਕੱਲ ਜਦੋਂ
ਕੱਲ ਆਪਾਂ ਅੰਕੜੇ ਦੇ ਰਹੇ ਸੀਗੇ ਤਾਂ ਉਦੋਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਭਾਰਤ ਦੇ ਵਿਚ ਜਿਹੜਾ ਹੈਗਾ ਕੱਲ ਤੱਕ ਜਿਹੜੇ 93 ਲੱਖ ਬੰਦੇ 93 ਲੱਖ ਤੋਂ ਵੀ ਭਾਰਤ ਪਾਰ ਕਰ ਸਕਦਾ। ਸਿੱਧੂ ਸਾਹਿਬ ਸਾਡੇ ਲਈ ਦੋ ਗੱਲਾਂ ਨੇ, ਇੱਕ ਸਾਡੇ ਵਾਸਤੇ ਚੰਗੀ ਗੱਲ ਹੈ ਤੇ ਦੂਜੀ ਗੱਲ ਮਾੜੀ ਹੈ। ਚੰਗੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਆਬਾਦੀ 135 ਕਰੋੜ ਹੈ ਤੇ ਉਸ ਦੇ ਵਿਚ ਜਿਹੜਾ ਹੈਗਾ ਓਨਾ ਕੋਰੋਨਾ ਨਹੀਂ ਵਧਿਆ ਹੈਗਾ ਜਿੰਨਾ ਕਿ ਜਿੰਨੀ ਸਾਡੀ ਦੇਸ਼ ਦੀ ਆਬਾਦੀ ਹੈ, ਜਿਵੇਂ ਸੰਘਣੀ ਆਬਾਦੀ ਹੈ, ਜਿਵੇਂ ਲੋਕ ਇਕੱਠੇ ਹੁੰਦੇ ਨੇ ਸਾਰਾ ਕੁਛ ਤਰੀਕੇ ਨਾਲ, ਤੇ ਉਸ ਹਿਸਾਬ ਦੇ ਨਾਲ ਇਹ ਓਨੀ ਨਹੀਂ ਹੈ ਜਿੰਨੀ ਆਪਾਂ ਜਿਹੜੀ ਕਿ ਦੂਜੇ ਮੁਲਕਾਂ ਦੇ ਵਿਚ ਹੈ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਆਬਾਦੀ ਇੰਨੀ ਨਹੀਂ ਹੈ, ਪਰ ਉੱਥੇ ਹੈਲਥ ਸਿਸਟਮ ਵੀ ਬਹੁਤ ਵਧੀਆ ਹੈਗਾ, ਪਰ ਉੱਥੇ ਬਿਮਾਰ ਹੋਣ ਵਾਲੇ ਦੀ ਜਿਹੜੀ ਹੈਗੀ ਆ ਪਿਛਲੇ ਕਈ ਦਿਨਾਂ ਦੇ ਵਿਚ ਜਿਹੜੇ ਹੈਗਾ ਕੱਲ ਦੀ ਜਿਹੜੀ ਰਿਪੋਰਟ ਹੈ 1,84,000 ਬੰਦੇ ਉੱਥੇ ਇੱਕ ਦਿਨ ਦੇ ਵਿਚ ਆਏ ਨੇ, ਤੇ ਇਹ ਦੇਖ ਲਓ ਵੀ ਤੁਸੀਂ ਹਿਸਾਬ ਲਾ ਲਓ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਉੱਥੇ ਗਿਣਤੀ ਵਧਦੀ ਜਾ ਰਹੀ ਹੈ। ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਕੱਲ ਜਿਹੜਾ ਹੈਗਾ ਆਪਾਂ ਇਹ ਦੇਖਦੇ ਆ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਇੱਥੇ ਤਕਰੀਬਨ 40,000-45,000 ਬੰਦੇ ਆ ਰਹੇ ਨੇ, ਪਰ ਇਸ ਤੋਂ ਹੁਣ ਘੱਟ ਨਹੀਂ ਰਹਿ ਗਏ ਜਿਹੜੇ ਕਿ ਘਟਣੇ ਚਾਹੀਦੇ ਸੀਗੇ। ਇਹ ਵੀ ਆਪਣੇ ਆਪ ਦੇ ਵਿਚ ਚਿੰਤਾ ਦਾ ਵਿਸ਼ਾ ਹੈਗਾ, ਤੇ ਇਸ ਦੇ ਨਾਲ ਨਾਲ ਜਿਹੜੇ ਹੈਗੇ ਇਸ ਸਮੇਂ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿਚ ਜਿਹੜੀ ਠੀਕ ਹੋਣ ਦੀ ਦਰ ਵੀ ਕਾਫ਼ੀ ਚੰਗੀ ਹੈ, ਉਹ ਤਕਰੀਬਨ 94% ਹੋ ਚੁੱਕੀ ਹੈ। ਤੇ ਇਹਦੇ ਨਾਲ ਨਾਲ ਜੇਕਰ ਆਪਾਂ ਪੂਰੀ ਦੁਨੀਆਂ ਦੀ ਗੱਲ ਕਰਦੇ ਹਾਂ ਉਹ ਵੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ, ਤੇ ਇਸ ਤੋਂ ਪੂਰੀ ਦੁਨੀਆਂ ਵੀ ਕਾਫ਼ੀ ਜ਼ਿਆਦਾ ਜਿੰਨੇ ਵੀ ਮੁਲਕ ਨੇ ਉਹ ਕਾਫ਼ੀ ਜ਼ਿਆਦਾ ਚਿੰਤਤ ਵੀ ਨੇ। ਉਹਦਾ ਕਾਰਨ ਇਹੀ ਹੈ ਕਿ ਜਿਹੜੀ ਕੋਰੋਨਾ ਦੀ ਦੂਜੀ ਲਹਿਰ ਹੈ ਉਹ ਲਗਾਤਾਰ ਫੈਲਦੀ ਜਾ ਰਹੀ ਹੈ। ਖਾਸ ਤੌਰ ਤੇ ਜਿਹੜੇ ਪਾਕਿਸਤਾਨ ਦੀ ਅੱਜ ਮੈਂ ਰਿਪੋਰਟ ਦੇਖ ਰਿਹਾ ਸੀਗਾ ਉੱਥੇ ਦੂਜੀ ਲਹਿਰ ਆ ਚੁੱਕੀ ਹੈ, ਤੇ ਦੂਜੀ ਲਹਿਰ ਦੇ ਵਿਚ ਕੀ ਹੈ ਕਿ ਉਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਭਿਆਨਕ ਹੈ। ਉਹਦੇ ਵਿਚ ਕੀ ਹੋ ਰਿਹਾ, ਮਰੀਜ਼ ਵੀ ਜ਼ਿਆਦਾ ਵੱਧ ਰਹੇ ਨੇ ਤੇ ਮੌਤਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਵੱਧ ਰਹੀ ਹੈ। ਤੇ ਇਹ ਵੀ ਹੈ ਕਿ ਜਿਹੜੇ ਲੋਕ ਪਹਿਲਾਂ ਇਨਫੈਕਟਡ ਹੋ ਗਏ ਸੀ, ਪਹਿਲਾਂ ਇਸ ਹਾਲਾਤ ਤੋਂ ਬਿਮਾਰ ਹੋ ਗਏ ਸੀਗੇ, ਉਹ ਦੂਜੀ ਲਹਿਰ ਦੇ ਨਾਲ ਫੇਰ ਦੁਬਾਰਾ ਬਿਮਾਰ ਹੋਣ ਲੱਗ ਪਏ ਨੇ। ਇੱਕ ਬੰਦੇ ਦੀ ਇੰਟਰਵਿਊ ਮੈਂ ਸੁਣ ਰਿਹਾ ਸੀਗਾ ਕਿ ਜਦੋਂ ਉਸਨੂੰ ਪਹਿਲੀ ਲਹਿਰ ਦੇ ਕਾਰਨ ਜਿਹੜੇ ਇਨਫੈਕਸ਼ਨ ਹੋਈ ਹੈ ਤਾਂ ਉਹ ਅੱਜ ਤੱਕ 6 ਮਹੀਨਿਆਂ ਦੇ ਵਿਚ ਵੀ ਰਿਕਵਰ ਨਹੀਂ ਹੋਇਆ ਹੈਗਾ, ਤੇ ਹੁਣ ਜਿਹੜੀ ਦੂਜੀ ਲਹਿਰ ਹੈ ਜੇਕਰ ਇਸ ਦੇ ਵਿਚ ਕੋਈ ਬੰਦਾ ਫਿਰ ਦੁਬਾਰਾ ਇਨਫੈਕਟਡ ਹੋ ਜਾਂਦਾ ਹੈ ਤਾਂ ਉਸ ਲਈ ਤਾਂ ਬਹੁਤ ਹੀ ਜ਼ਿਆਦਾ ਵੱਡੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਨੇ। ਤੇ ਜੇਕਰ ਅਸੀਂ ਪੂਰੀ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉਸ ਦੇ ਵਿਚ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੀ ਦਿਹਾੜੀ ਦੇ ਵਿਚ ਕੁਛ ਸਮਾਂ ਪਹਿਲਾਂ ਤੱਕ 6,15,40,841 ਮਰੀਜ਼ ਆਏ, ਮੌਤਾਂ ਦੀ ਗਿਣਤੀ ਜਿਹੜੀ ਪੂਰੀ ਦੁਨੀਆਂ ਦੇ ਵਿਚ 14,41,675 ਹੈ। ਅਮਰੀਕਾ ਜਿੱਥੇ ਕਿ ਜਦੋਂ ਟਰੰਪ ਰਾਸ਼ਟਰਪਤੀ ਸੀਗੇ ਉਹਨਾਂ ਨੇ ਗੱਲ ਕਹੀ ਸੀਗੀ ਕਿ ਅਸੀਂ ਇਸ ਕੋਰੋਨਾ ਦੇ ਉੱਤੇ ਛੇਤੀ ਹੀ ਕਾਬੂ ਪਾ ਲਵਾਂਗੇ, ਪਰ ਉਹ ਇਸ ਕੋਰੋਨਾ ਦੇ ਉੱਤੇ ਹੁਣ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ, ਜਦਕਿ ਹੁਣ ਬਾਈਡਨ ਵੀ ਜਿਹੜੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਉਨ੍ਹਾਂ ਲਈ ਵੀ ਇਹ ਇਕ ਬਹੁਤ ਵੱਡੀ ਜਿਹੜੀ ਹੈਲਥ ਚੈਲੰਜ ਬਣ ਕੇ ਆ ਰਿਹਾ। ਤੇ ਪਰ ਇਹ ਹੈ ਇਸ ਨਾਲ ਚੰਗੀ ਖ਼ਬਰ ਇਹ ਹੈ ਕਿ ਵੈਕਸੀਨ ਤਿਆਰ ਹੋ ਰਹੀ ਹੈ ਤੇ 12 ਦਸੰਬਰ ਨੂੰ ਜਿਹੜਾ ਹੈਗਾ ਅਮਰੀਕਾ ਦੇ ਵਿਚ ਇਸ ਦੀ ਸ਼ੁਰੂਆਤ ਵੀ ਹੋ ਲੱਗੀ ਹੈ, ਪਰ ਫਿਰ ਵੀ ਇਹ ਹੈ ਕਿ ਇਹ ਵੀ ਆਪਣੇ ਆਪ ਦੇ ਵਿਚ ਇਕ ਵੱਡੀ ਚੁਣੌਤੀ ਹੈ। ਅਮਰੀਕਾ ਦੇ ਵਿਚ ਇਸ ਸਮੇਂ 1,32,00,000
66,819 ਮਰੀਜ਼ ਹੈਗੇ ਆ ਤੇ ਮੌਤਾਂ ਦੀ ਗਿਣਤੀ ਉੱਥੇ 2,69,692 ਹੈ। ਇੰਡੀਆ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਸਮੇਂ 93,75,886 ਮਰੀਜ਼ ਨੇ, ਮੌਤਾਂ ਦੀ ਗਿਣਤੀ ਵੀ ਇੱਥੇ ਲਗਾਤਾਰ ਵੱਧਦੀ ਵੀ ਜਾ ਰਹੀ ਹੈ, ਭਾਵੇਂ ਕਿ ਅਸੀਂ ਕਹਿ ਰਹੇ ਹਾਂ ਕਿ ਮਰੀਜ਼ ਘੱਟ ਵੀ ਰਹੇ ਨੇ, ਮੌਤਾਂ ਦੀ ਗਿਣਤੀ ਵੀ ਘੱਟ ਰਹੀ ਹੈ, ਪਰ ਫਿਰ ਵੀ ਜਿਸ ਤਰੀਕੇ ਨਾਲ ਦੂਜੀ ਗੱਲ ਜਿਹੜੀ ਮੈਂ ਉਹਦੀ ਵਿਆਖਿਆ ਕਰਨੀ ਸੀ ਕਿ ਮਾੜੀ ਗੱਲ ਸਾਡੇ ਵਾਸਤੇ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਇਸ ਗੱਲ ਨੂੰ ਸਮਝ ਨਹੀਂ ਰਹੇ, ਉਹ ਬੜਾ ਇਸ ਨੂੰ ਮਖੌਲ ਸਮਝ ਰਹੇ ਨੇ ਕਿ ਉਹਨਾਂ ਨੂੰ ਅਜਿਹਾ ਲੱਗ ਰਿਹਾ ਕਿ ਕੋਰੋਨਾ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ ਤੇ ਇਸੇ ਗੱਲ ਕਰਕੇ ਉਹ ਹੁਣ ਬਿਲਕੁਲ ਸਾਵਧਾਨੀਆਂ ਨਹੀਂ ਵਰਤ ਰਹੇ। ਤੁਸੀਂ ਕਿਤੇ ਵੀ ਜਾਓ, ਚਾਹੇ ਆਪਣਾ ਤੁਸੀਂ ਹਸਪਤਾਲ ਤੱਕ ਵੀ ਜਾਓ ਤਾਂ ਉੱਥੇ ਵੀ ਦੇਖੋਗੇ ਕਿ ਲੋਕ ਭੀੜਾਂ ਦੇ ਵਿੱਚ ਖੜੇ ਨੇ, ਉਹਨਾਂ ਵੱਲੋਂ ਸਾਵਧਾਨੀਆਂ ਨਹੀਂ ਵਰਤੀ ਜਾ ਰਹੀ। ਬਾਜ਼ਾਰਾਂ ਦੇ ਵਿੱਚ ਤਾਂ ਇੱਕ ਆਮ ਖੁਦਗੀ ਹੋ ਚੁੱਕੀ ਹੈ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ। ਤੇ ਇੰਡੀਆ ਦੇ ਵਿੱਚ ਇਸ ਸਮੇਂ 1,35,906 ਮੌਤਾਂ ਹੋ ਚੁੱਕੀਆਂ ਨੇ। ਬ੍ਰਾਜ਼ੀਲ ਜਿਹੜਾ ਹੈਗਾ ਉੱਥੇ 62,4,570 ਮਰੀਜ਼ ਨੇ, ਮੌਤਾਂ ਇੱਥੇ 1,71,497 ਹੋ ਚੁੱਕੀਆਂ ਨੇ। ਤੇ ਜੇਕਰ ਅਸੀਂ ਆਪਣੇ ਸੂਬੇ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਵੀ ਜਿਹੜੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹੈਗੇ, ਤੇ ਉਹਦੇ ਵਿੱਚ ਤੁਸੀਂ ਇਹ ਦੇਖਿਆ ਗਿਆ ਕਿ ਪਿਛਲੇ ਜਦੋਂ ਸ਼ੁਰੂਆਤ ਹੋਈ ਸੀਗੀ ਉਦੋਂ ਮਰੀਜ਼ ਵੀ ਵੱਧ ਸੀਗੇ ਤੇ ਮੌਤਾਂ ਦੀ ਗਿਣਤੀ ਵੀ ਵੱਧ ਸੀ, ਪਰ ਵਿੱਚ ਵਿੱਚ ਆ ਕੇ ਜਿਹੜੀ ਕਿ ਇਸ ਉੱਤੇ ਆਪਾਂ ਇੱਕ ਤਰ੍ਹਾਂ ਰੋਕ ਲੱਗ ਗਈ ਸੀਗੀ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਸਨੇ ਵੀ ਬਹੁਤ ਸਾਰੀਆਂ ਜਿਹੜੀਆਂ ਰੋਕਾਂ ਲਗਾਈਆਂ ਹੋਈਆਂ ਸੀ ਤੇ ਆਮ ਲੋਕ ਵੀ ਜਿਹੜੇ ਹੈਗੇ ਬੜੇ ਸਾਵਧਾਨੀ ਵਰਤ ਰਹੇ ਸੀਗੇ, ਇਸ ਕਰ ਕਰਕੇ ਇਸ ਕੋਰੋਨਾ ਦੇ ਉੱਤੇ ਰੋਕ ਲੱਗੀ ਸੀਗੀ ਤੇ ਲੱਗਦਾ ਰਿਹਾ ਸੀਗਾ ਅਸੀਂ ਮਿਸ਼ਨ ਫਤਿਹ ਵੱਲ ਵੱਧ ਰਹੇ ਹਾਂ। ਪਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਜਿਹੜੇ ਕੱਲ ਤੱਕ 26 ਦਿਨ ਹੋਏ ਨੇ, ਕੱਲ 26 ਨਵੰਬਰ ਸੀਗੇ, 1 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ 496 ਮੌਤਾਂ ਹੋਈਆਂ ਤੇ ਇਸ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੁਣ ਤੱਕ 4,47 ਮੌਤਾਂ ਹੋ ਚੁੱਕੀਆਂ ਨੇ ਤੇ ਇਸ ਜਿਹੜਾ ਪੰਜਾਬ ਦਾ ਹਾਲਾਤ ਬਣੇ ਹੋਏ ਨੇ ਉਹ ਵੀ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਗੰਭੀਰ ਨੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਜਿਹੜੀਆਂ ਸਾਵਧਾਨੀਆਂ ਹਟਾ ਕੇ ਮਾਸਕ ਨਹੀਂ ਬੰਨੇ ਜਾ ਰਹੇ ਤੇ ਤਾਂ ਹੀ ਜਿਹੜਾ ਸਰਕਾਰ ਨੇ ਹੁਣ ਮਾਸਕ ਦਾ ਜਿਹੜਾ ਨਾ ਪਹਿਨਣ ਦਾ ਜੁਰਮਾਨਾ ਵੀ 1,000 ਰੁਪਏ ਕਰਤਾ, ਜਿਹੜਾ ਕਿ ਪਹਿਲਾਂ 500 ਹੁੰਦਾ ਸੀਗਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਇੰਨਾ ਵੱਡਾ ਜੁਰਮਾਨਾ ਕਰਕੇ ਤੁਹਾਨੂੰ ਜਿਹੜਾ ਕੋਈ ਪੈਸੇ ਕਮਾਉਣਾ ਚਾਹੁੰਦੀ ਹੈ, ਉਹਦਾ ਮਤਲਬ ਇਹੀ ਹੈ ਤੁਸੀਂ ਕੋਰੋਨਾ ਤੋਂ ਡਰੋ, ਕੋਰੋਨਾ ਹਲੇ ਖਤਮ ਨਹੀਂ ਹੋਇਆ ਹੈਗਾ। ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੋਰੋਨਾ ਦੀ ਵੈਕਸੀਨ ਆ ਜਾਊਗੀ, ਪਰ ਫਿਰ ਵੀ ਹੈ ਕਿ ਜਦੋਂ ਤੱਕ ਅਸੀਂ ਸਾਵਧਾਨੀਆਂ ਨਹੀਂ ਵਰਤਦੇ ਤਾਂ ਸਾਡੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਨੇ ਜੀ। ਤੇ ਭਾਰਤ ਦੇ ਵਿੱਚ ਵੈਕਸੀਨ ਬਣ ਰਹੀ ਹੈ ਜੀ ਫਿਰ ਹੁਣ? ਵੈਸੇ ਤਾਂ ਵੈਕਸੀਨ ਇੱਥੇ ਕਈ ਬਣ ਰਹੀਆਂ ਨੇ ਤੇ ਇਹਨਾਂ ਬਾਰੇ ਆਪਾਂ ਵਾਰੀ ਵਾਰੀ ਚਰਚਾ ਵੀ ਕਰਦੇ ਆ ਰਹੇ ਹਾਂ, ਪਰ ਹੁਣ ਜਿਹੜੀ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਭਾਰਤ ਦੇ ਵਿੱਚ ਜਿਹੜੀ ਸਪੁਤਨਿਕ 5 ਹੈ, ਜਿਹੜੀ ਕਿ ਰਸ਼ੀਆ ਦੀ ਵੈਕਸੀਨ ਹੈ, ਉਸ ਨੂੰ ਬਣਾਉਣ ਦੇ ਲਈ ਵੀ ਤਿਆਰੀਆਂ ਚੱਲ ਪਈਆਂ ਨੇ ਤੇ ਇਹ ਜਿਹੜੀ ਵੈਕਸੀਨ ਹੈ ਇਹ 75 ਫੀਸਦੀ ਅਸਰਦਾਰ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਜਿਹੜੇ ਇੱਥੇ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ 10 ਕਰੋੜ ਵੈਕਸੀਨ ਜਿਹੜੀ ਇੱਥੇ ਤਿਆਰ ਹੋਊਗੀ ਤੇ ਇਸ ਸੰਬੰਧ ਵਿੱਚ ਜਿਹੜੇ ਰੂਸ ਦੇ ਡਾਇਰੈਕਟ ਇਨਵੈਸਟਮੈਂਟ ਫੰਡ ਤੇ ਭਾਰਤ ਦੀ ਜਿਹੜੀ ਦਵਾਈ ਕੰਪਨੀ ਹੈਟਰੋ ਉਹਦੇ ਵਿਚਾਲੇ ਸਮਝੌਤਾ ਹੋਇਆ ਤੇ ਇੱਥੇ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ
ਹਰ ਸਾਲ 10 ਕਰੋੜ ਜਿਹੜੀ ਡੋਜ਼ ਵੈਕਸੀਨ ਤਿਆਰ ਕਰੀ ਜਾਊਗੀ ਤੇ ਪ੍ਰੋਡਕਸ਼ਨ ਅਗਲੇ ਸਾਲ ਸ਼ੁਰੂ ਹੋ ਜਾਊਗੀ ਤੇ ਇਸ ਜਿਹੜੀ ਵੈਕਸੀਨ ਹੈ ਇਹਦੇ ਜਿਹੜਾ ਤੀਜੇ ਤੇ ਦੂਜਾ ਪੜਾਅ ਜਿਹੜੇ ਚੱਲ ਰਹੇ ਨੇ ਭਾਰਤ ਦੇ ਵਿੱਚ ਤੇ ਇਸ ਦੇ ਨਾਲ ਨਾਲ ਇਸ ਦੀ ਜਿਹੜੀ ਤੀਜੇ ਕਲੀਨਿਕਲ ਟਰਾਇਲ ਦੀ ਇਸ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ ਤੇ ਇਹ ਜਿਹੜੇ ਟਰਾਇਲ ਇਸ ਵੈਕਸੀਨ ਦੇ ਜਿਹੜੇ ਹੈ UAE ਵੈਨਜੂਲਾ ਤੇ ਬੈਲਾਰੂਸ ਸਣੇ ਕਈ ਦੇਸ਼ਾਂ ਵਿਚ ਚੱਲ ਰਹੇ ਨੇ ਤੇ ਭਾਰਤ ਦੇ ਵਿਚ ਦੂਜੇ ਤੇ ਤੀਜੇ ਪੜਾਅ ਦੇ ਹੇਠ ਟਰਾਇਲ ਚੱਲ ਰਹੇ ਨੇ ਤੇ ਇਹ ਵੈਕਸੀਨ ਜਿਹੜੀ ਹੈਗੀ ਹੈ ਮਤਲਬ 50 ਮੁਲਕਾਂ ਵੱਲੋਂ ਰੂਸ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਜਿਹੜੇ 150 ਕਰੋੜ ਡੋਜ਼ ਮੁਹੱਈਆ ਕਰਾਈ ਜਾਵੇ ਤੇ ਜਿਹੜੀ ਇਸ ਸਬੰਧ ਵਿਚ ਜਿਹੜਾ ਹੈਗਾ ਭਾਰਤ ਦੇ ਵਿਚ ਭਾਰਤ ਚੀਨ ਬ੍ਰਾਜ਼ਿਲ ਸਾਊਥ ਕੋਰੀਆ ਤੇ ਕਈ ਹੋਰ ਦੇਸ਼ਾਂ ਦੇ ਵਿਚ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋਊਗੀ ਤੇ ਰੂਸ ਜਿਹੜਾ ਹੈ ਰੂਸ ਇਥੋਂ ਹੀ ਜਿਹੜੀ ਇਹ ਡੋਜ਼ ਲੈ ਕੇ ਦੂਜੇ ਮੁਲਕਾਂ ਨੂੰ ਮੁਹੱਈਆ ਕਰਵਾਇਆ ਕਰੂਗਾ ਜੀ ਇਥੋਂ ਲੈ ਕੇ ਗਾਹਾਂ ਭੇਜੂਗਾ ਰੂਸ ਜੀ ਭਾਰਤ ਦੇ ਵਿਚ ਅਡਾਨੀ ਮੈਚ ਚ ਅਡਾਨੀ ਦਾ ਵਿਰੋਧ ਹੈ ਇਹ ਕੀ ਹੈ ਜੀ ਇਹ ਵੀ ਆਪਣੇ ਆਪ ਦੇ ਵਿਚ ਬੜੀ ਦਿਲਚਸਪ ਖਬਰ ਹੈ ਅੱਜ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਇਕ ਰੋਜ਼ਾ ਮੈਚ ਚੱਲ ਰਿਹਾ ਸੀ ਤੇ ਉਸ ਦੇ ਵਿਚ ਜਿਹੜਾ ਹੈਗਾ ਆਸਟ੍ਰੇਲੀਆ ਨੇ ਜਦੋਂ ਆਸਟ੍ਰੇਲੀਆ ਦੇ ਵਿਚ ਇਹ ਆਸਟ੍ਰੇਲੀਆ ਦੇ ਗਰਾਊਂਡ ਦੇ ਵਿਚ ਇਹ ਮੈਚ ਚੱਲ ਰਿਹਾ ਸੀਗਾ ਤਾਂ 2 ਵਿਅਕਤੀ ਆਏ ਉਹ ਦਾਖਲ ਹੋਏ ਉਨ੍ਹਾਂ ਦੇ ਕੋਲ ਜਿਹੜੇ ਹੈਗੇ ਪੋਸਟਲ ਸੀਗਾ ਵੱਡੇ ਵੱਡੇ ਪਲੇ ਕਾਰਡ ਸੀਗੇ ਉਹਦੇ ਵਿਚ 9.1 ਬਿਲੀਅਨ ਲੋਨ ਅਡਾਨੀ ਇਸ ਤਰੀਕੇ ਨਾਲ ਲਿਖਿਆ ਗਿਆ ਸੀਗਾ ਤੇ ਆਪਣੇ ਆਪ ਵਿਚ ਇਸ ਗੱਲ ਕਰਕੇ ਵੀ ਇਹ ਮਤਲਬ ਕਿਹਾ ਜਾ ਸਕਦਾ ਕਿ ਅਸਲ ਦੇ ਵਿਚ 17 ਨਵੰਬਰ ਨੂੰ ਇਕ ਖ਼ਬਰ ਛਪੀ ਸੀ ਉਸ ਦੇ ਵਿਚ ਇਹ ਗੱਲ ਪਤਾ ਲੱਗੀ ਸੀ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਿਹੜਾ ਅਡਾਨੀ ਗਰੁੱਪ ਨੂੰ ਇਕ ਬਹੁਤ ਵੱਡਾ ਲੋਨ ਦਿੱਤਾ ਜਾ ਰਿਹਾ ਤੇ ਇਸ ਸਬੰਧ ਵਿਚ ਜਿਹੜੀ ਬੈਂਕ ਦੀ ਕਮੇਟੀ ਆ ਉਸ ਵੱਲੋਂ ਇਹਨੂੰ ਮਨਜ਼ੂਰੀ ਵੀ ਦਿੱਤੀ ਜਾ ਰਹੀ ਹੈ ਤੇ ਛੇਤੀ ਇਹ ਮਨਜ਼ੂਰੀ ਮਿਲ ਜੂਗੀ ਇਸ ਜਿਹੜਾ ਆਸਟ੍ਰੇਲੀਆ ਦੇ ਵਿਚ ਇਕ ਮੁਹਿੰਮ ਚੱਲ ਰਹੀ ਹੈ ਸਟਾਪ ਅਡਾਨੀ ਤੇ ਆਸਟ੍ਰੇਲੀਆ ਦੇ ਵਿਚ ਇਹ ਕਾਫ਼ੀ ਜ਼ਿਆਦਾ ਮਸ਼ਹੂਰ ਹੋ ਚੁੱਕੀ ਹੈ ਉਹਦਾ ਕਾਰਨ ਇਹ ਹੈ ਕਿ ਅਡਾਨੀ ਨੂੰ ਇਕ ਕੰਟਰੈਕਟ ਮਿਲਿਆ ਉਹਦੇ ਵਿਚ ਇਹ ਕੋਲੇ ਦਾ ਕੰਟਰੈਕਟ ਹੈ ਤੇ ਉਹਦੇ ਵਿਚ ਇਹ ਗੱਲ ਜਿਹੜੇ ਉਥੇ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਜੇ ਅਡਾਨੀ ਦਾ ਜੇ ਇਹ ਪ੍ਰੋਜੈਕਟ ਚਾਲੂ ਹੁੰਦਾ ਤਾਂ ਉਸ ਦੇ ਨਾਲ ਵਾਤਾਵਰਨ ਜਿਹੜਾ ਚੱਲਦਾ ਪ੍ਰਭਾਵਿਤ ਹੋਊਗਾ ਤੇ ਇਸ ਗੱਲ ਕਰਕੇ ਜਿਹੜੇ ਲੋਕ ਅਡਾਨੀ ਦੇ ਇਸ ਪ੍ਰੋਜੈਕਟ ਦਾ ਜਿਹੜਾ ਹੈਗਾ ਵਿਰੋਧ ਕਰ ਰਹੇ ਨੇ ਤੇ ਇਸ ਸਬੰਧ ਵਿਚ ਜਿਹੜਾ ਹੈਗਾ ਸਟੇਟ ਬੈਂਕ ਆਫ ਇੰਡੀਆ ਨੇ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਹ 50,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਲੋਨ ਜਿਹੜਾ ਹੈਗਾ ਇਸ ਅਡਾਨੀ ਗਰੁੱਪ ਨੂੰ ਮਿਲੂਗਾ ਪਰ ਇਹ ਜਦੋਂ ਆਸਟ੍ਰੇਲੀਆ ਦੇ ਵਿਚ ਇਸ ਗੱਲ ਦਾ ਵਿਰੋਧ ਚੱਲ ਰਿਹਾ ਸੀਗਾ ਤਾਂ ਬਹੁਤ ਸਾਰੀਆਂ ਜਿਹੜੀਆਂ ਬੈਂਕਾਂ ਨੇ ਅਡਾਨੀ ਗਰੁੱਪ ਨੂੰ ਜਿਹੜਾ ਹੈਗਾ ਇਹ ਲੋਨ ਦੇਣ ਤੋਂ ਨਾ ਕਰਦੀ ਸੀਗੀ ਲੋਨ ਦੇਣ ਤੋਂ ਨਾ ਹੋ ਗਈ ਸੀ ਤੇ ਫੇਰ ਵੀ ਸਾਰਾ ਕੁਝ ਚੱਲੀ ਜਾਂਦਾ ਜੀ ਆਸਟ੍ਰੇਲੀਆ ਵਾਲਿਆਂ ਨੇ ਹੁਣ ਮੈਦਾਨ ਮਾਰ ਹੀ ਲਿਆ ਤੇ ਗਾਹਾਂ ਕਰਿਓ ਜੀ ਕੰਮ ਨੂੰ ਇਧਰੋਂ ਜੰਗੀਰ ਕੌਰ ਹੋਰਾਂ ਨੇ ਵੀ ਮੈਦਾਨ ਮਾਰ ਲਿਆ ਗੱਲ ਆਪਾਂ ਕੱਲ ਵੀ ਕਰ ਰਹੇ ਸੀਗੇ ਕਿ ਸ਼ਾਇਦ ਜਿਹੜਾ ਹੈਗਾ ਇਸ ਬਾਰੇ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਹੈ ਉਨ੍ਹਾਂ ਨੂੰ ਜਿਹੜਾ ਹੈਗਾ ਪ੍ਰਧਾਨ ਨਾ ਬਣਾਇਆ ਜਾਵੇ ਉਹਦਾ ਕਾਰਨ ਇਹੀ ਹੈ ਕਿ ਜਿਹੜੇ 2022 ਦੀਆਂ ਚੋਣਾਂ ਨੇ
ਉਹਨਾਂ ਚੋਣਾਂ ਦੇ ਮੱਦੇਨਜ਼ਰ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਅਜਿਹੀ ਸ਼ਖਸੀਅਤ ਦੀ ਲੋੜ ਸੀ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਨੂੰ ਵੀ ਜਿਹੜਾ ਹੈਗਾ ਅਕਾਲੀ ਦਲ ਦਾ ਸਹਾਰਾ ਬਣ ਸਕੇ। ਤੇ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਕਿ ਵਿਵਾਦਪੂਰਨ ਰਹੀਆਂ ਨੇ ਤੇ ਇਨ੍ਹਾਂ ਵਿਵਾਦਾਂ ਦੇ ਕਾਰਨ ਜਿਹੜਾ ਹੈਗਾ ਅਕਾਲੀ ਦਲ ਦੀ ਵੀ ਬਦਨਾਮੀ ਹੋਈ ਹੈ ਤੇ ਖਾਸ ਤੌਰ ਤੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਬਦਨਾਮੀ ਹੋਈ ਹੈ ਤੇ ਉਹਦੇ ਵਿਚ ਸਭ ਤੋਂ ਵੱਡਾ ਮਾਮਲਾ ਤਾਂ ਇਹੀ ਰਿਹਾ ਕਿ ਜਿਹੜੇ 300 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ ਉਨ੍ਹਾਂ ਦੇ ਵਿਚ ਕਪੜੇਬਾਜ਼ੀ ਸਾਹਮਣੇ ਆਈ ਸੀਗੀ। ਇਸ ਸਬੰਧ ਵਿਚ ਜਿਹੜਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਨੇ ਇਕ ਜਾਂਚ ਕਮੇਟੀ ਵੀ ਬਣਾਈ ਸੀਗੀ ਤੇ ਜਾਂਚ ਕਮੇਟੀ ਨੇ ਇਹ ਦਸਿਆ ਗਿਆ ਸੀਗਾ ਕਿ ਜਿਹੜੇ ਇਹ ਸਰੂਪ ਲਾਪਤਾ ਹੋਏ ਨੇ ਉਹਦੇ ਵਿਚ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਨ੍ਹਾਂ ਨੇ ਹੀ ਜਿਹੜਾ ਹੈਗਾ ਕੁਛ ਹੇਰਾਫੇਰੀ ਕੀਤੀ ਹੈ ਤੇ ਇਸ ਮਾਮਲੇ ਦੇ ਵਿਚ ਜਿਹੜਾ ਹੈਗਾ ਉਹ ਇਕ ਸਮੇਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀਗਾ ਕਿ ਜਿਹੜੇ ਜਿਹੜੇ ਮੁਲਾਜ਼ਮ ਇਸ ਸਬੰਧ ਵਿਚ ਦੋਸ਼ੀ ਪਾਏ ਜਾਣਗੇ ਉਨ੍ਹਾਂ ਦੇ ਖਿਲਾਫ਼ ਪੁਲਿਸ ਕਾਰਵਾਈ ਵੀ ਕੀਤੀ ਜਾਊਗੀ ਤੇ ਉਹ ਜਦੋਂ ਇਹ ਐਲਾਨ ਕੀਤਾ ਸੀਗਾ ਤਾਂ ਸਾਰੀ ਜਥੇਬੰਦੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਸਵਾਗਤ ਕਰਿਆ ਸੀਗਾ ਕਿ ਆਖਿਰਕਾਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਾਰਵਾਈ ਕਰਨ ਜਾ ਰਹੀ ਹੈ। ਪਰ ਬਾਅਦ ਵਿਚ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਲੈ ਲਿੱਤਾ ਤੇ ਜਿਹੜੇ ਜਿਹੜੇ ਦੋਸ਼ੀ ਮੁਲਾਜ਼ਮ ਸੀਗੇ ਉਨ੍ਹਾਂ ਬਾਰੇ ਇਹ ਗੱਲ ਕਹੀ ਕਿ ਉਨ੍ਹਾਂ ਦੇ ਖਿਲਾਫ਼ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਹੈ ਆਪਣਾ ਕਹਿੰਦੇ ਵਿਭਾਗੀ ਹੀ ਕਾਰਵਾਈ ਕੀਤੀ ਜਾਊਗੀ ਪੁਲਿਸ ਕਾਰਵਾਈ ਨਹੀਂ ਕੀਤੀ ਜਾਊਗੀ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਜਿਹੜੀ ਜਥੇਬੰਦੀਆਂ ਨੇ ਜਿਨ੍ਹਾਂ ਵਿਚ ਸਤਿਕਾਰ ਕਮੇਟੀ ਵੀ ਹੈ ਹੋਰ ਵੀ ਕਈ ਕਮੇਟੀਆਂ ਨੇ ਭਾਵੇਂ ਕਿ ਸਤਿਕਾਰ ਕਮੇਟੀ ਖੁਦ ਵੀ ਜਿਹੜੀ ਵਿਵਾਦਾਂ ਵਿਚ ਰਹੀ ਹੈ ਰਹਿੰਦੀ ਹੈ ਤੇ ਇਨ੍ਹਾਂ ਸਤਿਕਾਰ ਹੈ ਨੀ ਉਨ੍ਹਾਂ ਦਾ ਵੀ ਹੈ ਨਾ ਹੀ ਸਤਿਕਾਰ ਕਮੇਟੀ ਹੈ। ਹਾਂਜੀ ਹਾਂ ਤੇ ਆਪਾਂ ਉਨ੍ਹਾਂ ਦੀਆਂ ਕਈ ਵੀਡੀਓ ਵੀ ਦੇਖ ਚੁੱਕੇ ਹਾਂ ਜਿਹੜਾ ਵਿਵਾਦ ਦਾ ਕਾਰਨ ਬਣੀਆਂ ਨੇ ਤੇ ਉਨ੍ਹਾਂ ਦਾ ਐਟੀਚਿਊਡ ਜਿਹੜਾ ਦ੍ਰਿਸ਼ਟੀਕੋਣ ਆ ਉਹ ਵੀ ਇਹੋ ਜਿਹੀ ਹੈ ਕਿ ਜਿਵੇਂ ਤਾਲਿਬਾਨ ਧਰਮ ਦੇ ਨਾਂ ਦੇ ਉੱਤੇ ਕਿਸੇ ਦੇ ਉੱਤੇ ਤਸ਼ੱਦਦ ਕਰਦੇ ਆ ਉਸੇ ਤਰੀਕੇ ਦੇ ਨਾਲ ਸਰਕਾਰ ਕਮੇਟੀ ਵਾਲੇ ਵੀ ਕਰਦੇ ਆ। ਚਲੋ ਖੈਰ ਇਹ ਹੈ ਕਿ ਇਸ ਜਿਹੜਾ ਹੈ ਪਰ ਬਾਅਦ ਵਿਚ ਕੁਛ ਇਹ ਜਿਹੜੀ ਮਤਲਬ ਖਾਸ ਤੌਰ ਤੇ ਚਾਹੇ ਸ਼੍ਰੋਮਣੀ ਕਮੇਟੀ ਹੈ ਜਾਂ ਮਤਲਬ ਅਕਾਲੀ ਦਲ ਦੇ ਲੀਡਰ ਨੇ ਉਨ੍ਹਾਂ ਨੇ ਇਸ ਗੱਲ ਦਾ ਜਿਹੜਾ ਹੈਗਾ ਅੰਦਰੂਨੀ ਤੌਰ ਤੇ ਜਿਹੜਾ ਹੈਗਾ ਆਪ ਖੁਲਾਸਾ ਕੀਤਾ ਹੈ ਕਿ ਅਸਲ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਕਾਰਵਾਈ ਇਸ ਗੱਲ ਕਰਕੇ ਰੋਕ ਦਿੱਤੀ ਕਿ ਜਿਹੜੇ ਹੁਣ ਤੱਕ ਸ਼੍ਰੋਮਣੀ ਕਮੇਟੀ ਹੈ ਚਾਹੇ ਅਕਾਲੀ ਦਲ ਹੈ ਉਸਦਾ ਇਹੀ ਸਟੈਂਡ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਵਿਚ ਪੁਲਿਸ ਜਿਹੜੀ ਹੈ ਪੁਲਿਸ ਐਂਟਰ ਨਹੀਂ ਹੋਣੀ ਚਾਹੀਦੀ ਤੇ ਇਸ ਗੱਲ ਕਰਕੇ ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਸੀਗਾ ਕਿਉਂਕਿ ਜੇਕਰ ਦੋਸ਼ੀ ਮੁਲਾਜ਼ਮਾਂ ਦੇ ਖਿਲਾਫ਼ ਪੁਲਿਸ ਕਾਰਵਾਈ ਦੀ ਸਿਫਾਰਸ਼ ਕੀਤੀ ਜਾਂਦੀ ਤਾਂ ਇਹ ਪੱਕੀ ਗੱਲ ਸੀਗੀ ਕਿ ਪੁਲਿਸ ਵਾਲੇ ਜਿਹੜਾ ਹੈਗਾ ਦਰਬਾਰ ਸਾਹਿਬ ਦੇ ਵਿਚ ਆਉਂਦੇ ਤਾਂ ਉਨ੍ਹਾਂ ਵੱਲੋਂ ਜਿਹੜਾ ਹੈਗਾ ਕਈ ਉੱਚ ਅਧਿਕਾਰੀਆਂ ਦੀ ਵੀ ਪੁੱਛਗਿੱਛ ਕੀਤੀ ਜਾਣੀ ਸੀਗੀ ਨਾਲ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਦੀ ਵੀ ਪੁੱਛਗਿੱਛ ਹੈ ਤੇ ਇਹਦੇ ਨਾਲ ਕੀ ਸੀਗਾ ਇੱਕ ਨਵਾਂ ਰਾਹ ਖੁੱਲ ਜਾਣਾ ਸੀਗਾ ਤੇ ਪੁਲਿਸ ਜਿਹੜੀ ਹੈਗੀ ਹੈ ਦਰਬਾਰ ਸਾਹਿਬ ਦੇ ਵਿਚ ਆਉਣ ਜਾਣ ਲੱਗ ਪੈਣੀ ਸੀਗੀ ਤੇ ਇਸੇ ਗੱਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਕਾਰਵਾਈ ਨਹੀਂ ਕੀਤੀ। ਖੈਰ ਗੱਲ ਇਹ ਹੈ ਕਿ ਇਸ ਸਬੰਧ ਵਿਚ ਜਿਹੜਾ ਹੈਗਾ ਪ੍ਰਧਾਨ ਨੂੰ ਚੁਣਨ ਵਾਸਤੇ ਕਈ ਬੰਦਿਆਂ ਦੇ ਨਾਂ ਵੀ ਲਏ ਗਏ ਸੀਗੇ ਦੱਸਿਆ ਤਾਂ ਇਹ ਵੀ ਜਾਂਦਾ ਸੀ ਜਥੇਦਾਰ ਤੋਤਾ ਸਿੰਘ ਨੂੰ ਬਣਾਇਆ ਜਾ ਸਕਦਾ
ਬਲਵੀਰ ਸਿੰਘ ਭੁੱਲ ਉਸਦਾ ਨਾਂ ਵੀ ਦਿਆ ਗਿਆ ਸੀਗਾ, ਪਰ ਹੁਣ ਜਿਹੜਾ ਹੈਗਾ ਖਾਸ ਤੌਰ ਤੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੇ ਇਸ ਸੰਬੰਧ ਵਿਚ ਜਿਹੜੀ ਪ੍ਰਤੀਕਿਰਿਆ ਆਉਂਦੀ ਸੀਗੀ ਖਾਸ ਤੌਰ ਤੇ ਜਿਹੜੀ ਹੈਗੀ ਹੈ ਸੁਖਪਾਲ ਸਿੰਘ ਖਹਿਰੇ ਦੀ ਆਈ ਹੈ ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਰੱਬ ਕਈ ਵਾਰ ਕਹਿੰਦਾ ਕਈ ਲੋਕਾਂ ਤੋਂ ਗਲਤੀਆਂ ਕਰਾ ਦਿੰਦਾ ਹੈ, ਜੇਕਰ ਉਹ ਆਪ ਨਹੀਂ ਵੀ ਕਰਨਾ ਚਾਹੁੰਦੇ ਤਾਂ ਉਹ ਰੱਬ ਕਰਾ ਦਿੰਦਾ ਹੈ ਤੇ ਉਹੀ ਗਲਤੀ ਜਿਹੜੀ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਤੋਂ ਕਰਾ ਦਿੱਤੀ ਗਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਸਿੱਖ ਮਾਮਲਿਆਂ ਦੇ ਵਿਚ ਜਿਹੜੇ ਹੈਗੇ ਬਦਨਾਮ ਹੁੰਦੇ ਆਏ ਨੇ ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਜਦੋਂ ਉਨ੍ਹਾਂ ਦੇ ਹੱਥ ਵਿਚ ਸੱਤਾ ਸੀਗੀ ਕਈ ਅਜਿਹੀਆਂ ਵੱਡੀਆਂ ਭੁੱਲਾਂ ਕੀਤੀਆਂ ਨੇ ਜਿਹੜੀਆਂ ਕਿ ਹਾਲੇ ਤੱਕ ਅਕਾਲੀ ਦਲ ਦਾ ਖਹਿੜਾ ਨਹੀਂ ਛੱਡਦੀਆਂ ਹੈਗੀਆਂ, ਜਿਨ੍ਹਾਂ ਚ ਬਹਿਬਲ ਕਾਂਡ ਆਇਆ, ਹੋਰ ਜਿਹੜੇ ਖਾਸ ਤੌਰ ਤੇ ਜਿਹੜਾ ਹੈਗਾ ਸਿਰਸੇ ਵਾਲੇ ਸਾਧ ਨੂੰ ਮਾਫ਼ੀ ਦਵਾਉਣਾ ਤੇ ਇਹ ਜਿਹੜੇ ਬੇਅਰ ਵਿਚ ਉਸ ਸਮੇਂ ਦੀ ਜਿਹੜੀ ਸਰਕਾਰ ਆ ਉਸ ਨੇ ਸਖ਼ਤ ਕਾਰਵਾਈ ਨਹੀਂ ਕੀਤੀ ਹੈਗੀ, ਇਹ ਸਭ ਕੁਛ ਜਿਹੜਾ ਹੈਗਾ ਉਹਦੇ ਕਾਰਨ ਅਕਾਲੀ ਦਲ ਬਦਨਾਮ ਚੱਲ ਰਿਹਾ ਹੈ ਤੇ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਸ ਤਰੀਕੇ ਨਾਲ ਬੀਬੀ ਜਗੀਰ ਕੌਰ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਇਹਦੇ ਨਾਲ ਜਿਹੜਾ ਅਕਾਲੀ ਦਲ ਤੋਂ ਇਕ ਬਹੁਤ ਵੱਡੀ ਭੁੱਲ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿਚ 2022 ਦੀ ਚੋਣਾਂ ਦੇ ਵਿਚ ਉਸਦਾ ਖਮਿਆਜਾ ਉਸ ਨੂੰ ਭੁਗਤਣਾ ਪੈ ਸਕਦਾ ਹੈ। ਜੀ ਆਪਾਂ ਇਕ ਬ੍ਰੇਕ ਲਈ ਇਕ ਵਾਰੀ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਸਾਂਝ ਦਰਸ਼ਨ ਸਿੰਘ ਦਰਸ਼ਕ ਹੋਰਾਂ ਨਾਲ ਪਾ ਰਹੇ ਹਾਂ। ਦਰਸ਼ਕ ਜੀ ਆ ਖਬਰ ਦੇ ਉੱਤੇ ਪਾਇਓ ਜੀ ਚਾਨਣਾ, ਮਹਿਬੂਬਾ ਮੁਫਤੀ ਹੋਰਾਂ ਨੂੰ ਤਾਂ ਬੜੀ ਮੁਸ਼ਕਲ ਦੇ ਨਾਲ ਨਜ਼ਰਬੰਦੀ ਤੋਂ ਬਾਹਰ ਕੀਤਾ ਸੀ ਤੇ ਹੁਣ ਫੇਰ ਦੋਸ਼ ਹੈ ਕਿ ਮੈਨੂੰ ਤੇ ਮੇਰੀ ਧੀ ਨੂੰ ਘਰ ਚ ਨਜ਼ਰਬੰਦ ਕਰਤਾ। ਸਿੱਧੂ ਸਾਹਿਬ ਅਸੀਂ ਦੇਖਿਆ ਹੈ ਕਿ ਜਦੋਂ ਤੋਂ ਧਾਰਾ 370 ਖਤਮ ਕੀਤੀ ਗਈ ਹੈ ਜਿੰਨੇ ਵੀ ਜੰਮੂ ਕਸ਼ਮੀਰ ਦੇ ਮੇਨ ਸਟ੍ਰੀਮ ਨੇਤਾ ਸੀਗੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਸੀਗਾ, ਉਨ੍ਹਾਂ ਦੇ ਵਿਚ ਖਾਸ ਤੌਰ ਤੇ ਫਾਰੂਕ ਅਬਦੁੱਲਾ ਉਨ੍ਹਾਂ ਦਾ ਬੇਟਾ ਇਸੇ ਤੇ ਜਿਹੜੇ ਦੋਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ, ਇਸੇ ਤਰੀਕੇ ਦੇ ਨਾਲ ਮਹਿਬੂਬਾ ਮੁਫਤੀ ਨੂੰ ਵੀ ਜਿਹੜਾ ਹੈ ਨਜ਼ਰਬੰਦ ਕੀਤਾ ਗਿਆ ਸੀਗਾ ਤੇ ਪਿਛਲੇ ਕਈ ਦਿਨਾਂ ਦੇ ਵਿਚ ਇਹ ਦੇਖਿਆ ਗਿਆ ਕਿ ਇਹ ਵਾਰੀ ਵਾਰੀ ਇਕ ਸਾਲ ਤੋਂ ਬਾਅਦ ਇਨ੍ਹਾਂ ਲੀਡਰਾਂ ਨੂੰ ਜਿਹੜੇ ਇਨ੍ਹਾਂ ਦੀ ਨਜ਼ਰਬੰਦੀ ਖਤਮ ਕੀਤੀ ਗਈ ਸੀ ਤੇ ਇਸ ਸੰਬੰਧ ਵਿਚ ਜਿਹੜੇ ਜਿੰਨੇ ਵੀ ਇਹ ਲੀਡਰ ਸੀਗੇ ਖਾਸ ਤੌਰ ਤੇ ਜਿਹੜੇ ਮਹਿਬੂਬਾ ਮੁਫਤੀ ਦੀ ਜਿਹੜੀ ਪਾਰਟੀ ਹੈ PDP ਤੇ ਇਸੇ ਤਰੀਕੇ ਨਾਲ ਨੈਸ਼ਨਲ ਕਾਨਫਰੰਸ ਕੁਛ ਹੋਰ ਪਾਰਟੀਆਂ ਨੇ ਵੀ ਰਲ ਕੇ ਜਿਹੜਾ ਹੈਗਾ ਇਕ ਗੁਪਕਾਰ ਸਮਝੌਤਾ ਕੀਤਾ, ਡੈਕਲੇਰੇਸ਼ਨ ਕੀਤੀ। ਗੁਪਕਾਰ ਜਿਹੜਾ ਇਲਾਕਾ ਹੈ ਉਹ ਫਾਰੂਕ ਅਬਦੁੱਲਾ ਦਾ ਨਿਵਾਸ ਸਥਾਨ ਦੱਸਿਆ ਜਾਂਦਾ ਤੇ ਉਥੇ ਬਹਿ ਕੇ ਇਨ੍ਹਾਂ ਨੇ ਇਹ ਇਕ ਡੈਕਲੇਰੇਸ਼ਨ ਕੀਤੀ ਸੀ ਤੇ ਉਹਦੇ ਵਿਚ ਇਹੀ ਕਿਹਾ ਗਿਆ ਸੀਗਾ ਕਿ ਕਿਵੇਂ ਨਾ ਕਿਵੇਂ ਜਿਹੜਾ ਹੈ ਧਾਰਾ 370 ਜਿਹੜੀ ਖਤਮ ਕੀਤੀ ਗਈ ਹੈ ਉਸ ਨੂੰ ਦੁਬਾਰਾ ਲਾਗੂ ਕੀਤਾ ਜਾਣਾ ਚਾਹੀਦਾ ਤੇ ਇਸ ਸੰਬੰਧ ਵਿਚ ਜਿਹੜਾ ਹੈਗਾ ਉਥੇ ਹੁਣ ਅੱਜ ਕੱਲ ਇਕ ਸਥਾਨਕ ਸਰਕਾਰਾਂ ਦੀਆਂ ਚੋਣਾਂ ਚੱਲ ਰਹੀਆਂ ਨੇ ਉਹਦੇ ਵਿਚ ਇਹ ਜਿੰਨਾ ਵੀ ਗੁਪਕਾਰ ਗਰੁੱਪ ਹੈ ਉਨ੍ਹਾਂ ਵੱਲੋਂ ਜਿਹੜਾ ਹੈਗਾ ਇਕ ਜਿਹੜਾ ਹੈਗਾ ਚੋਣ ਲੜੀ ਜਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੈ ਇਹ ਚੋਣ ਨਹੀਂ ਲੜਨ ਦਿੱਤੀ ਜਾ ਰਹੀ ਤੇ ਇਨ੍ਹਾਂ ਇਸ ਜਿਹੜੇ ਇਲਜ਼ਾਮ ਨੇ ਇਸ ਗੁਪਕਾਰ ਗਰੁੱਪ ਨੇ ਲਾਏ ਨੇ ਤੇ ਇਥੋਂ ਤੱਕ ਕਿ ਜਿਹੜੇ ਸਾਡੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਵੀ ਇਸ ਗੱਲ ਦੇ ਉੱਤੇ ਇਕ ਟਿੱਪਣੀ ਕੀਤੀ ਸੀਗੀ ਤੇ ਤੰਜ਼ ਕੀਤਾ ਸੀਗਾ ਖਾਸ ਤੌਰ ਤੇ
ਕਾਂਗਰਸ ਨੂੰ ਕਿਹਾ ਸੀਗਾ ਕਿ ਤੁਸੀਂ ਕੀ ਗੁਪਕਾਰ ਗੈਂਗ ਦੇ ਮੈਂਬਰ ਹੋ ਕਿ ਨਹੀਂ ਹੋ, ਤੇ ਇਸ ਸੰਬੰਧ ਵਿਚ ਵੀ ਕਾਫੀ ਜ਼ਿਆਦਾ ਵਿਵਾਦ ਛਿੜਿਆ ਸੀਗਾ, ਕਿਉਂਕਿ ਵਿਵਾਦ ਇਸ ਗੱਲ ਕਰਕੇ ਛਿੜਿਆ ਸੀਗਾ ਕਿ ਇਹ ਜਿਹੜੀ ਖਾਸ ਤੌਰ ਤੇ ਆਪਾਂ ਫਾਰੂਕ ਅਬਦੁੱਲਾ ਦੀ ਪਾਰਟੀ ਹੈ ਜਾਂ ਆਪਾਂ ਮਹਿਬੂਬਾ ਮੁਫਤੀ ਦੀ ਪਾਰਟੀ ਹੈ, ਇਹ ਅਜਿਹੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਭਾਰਤ ਦਾ ਸਾਥ ਦਿੱਤਾ ਇੰਟਰਨੈਸ਼ਨਲ ਲੈਵਲ ਦੇ ਤੇ, ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਪਰ ਹੁਣ ਜਦੋਂ ਧਾਰਾ 370 ਖਤਮ ਕੀਤੀ ਗਈ ਹੈ ਤਾਂ ਮਹਿਬੂਬਾ ਮੁਫਤੀ ਨੇ ਇਹ ਗੱਲ ਕਹੀ ਸੀ ਕਿ ਉਹ ਉਦੋਂ ਤੱਕ ਝੰਡਾ ਤਿਰੰਗੇ ਝੰਡੇ ਨੂੰ ਨਹੀਂ ਚੱਕਣਗੇ ਜਦੋਂ ਤੱਕ ਧਾਰਾ 370 ਦੁਆਰਾ ਲਾਗੂ ਨਹੀਂ ਕੀਤੀ ਜਾਂਦੀ। ਤੇ ਇਸ ਗੱਲ ਕਰਕੇ ਜਿਹੜੇ ਹੁਣ ਇਹ ਗੁਪਕਾਰ ਡੈਕਲੇਰੇਸ਼ਨ ਵਾਲੇ ਜਿੰਨੇ ਵੀ ਲੀਡਰ ਨੇ ਉਨ੍ਹਾਂ ਦੇ ਖਿਲਾਫ਼ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਤੇ ਇਸੇ ਤਰੀਕੇ ਨਾਲ ਜਿਹੜਾ ਹੈ ਕੱਲ ਫਾਰੂਕ ਅਬਦੁੱਲਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਨੇ ਤੇ ਉਹਦੇ ਵਿਚ ਭ੍ਰਿਸ਼ਟਾਚਾਰ ਦਾ ਵੀ ਦੋਸ਼ ਲਗਾਇਆ ਗਿਆ। ਤੇ ਇਹਦੇ ਨਾਲ ਨਾਲ ਜਿਹੜੇ ਹੈ ਹੁਣ ਜਿਹੜੇ PDP ਹੈ ਉਨ੍ਹਾਂ ਦਾ ਇਕ ਲੀਡਰ ਹੈ ਜਿਹਦਾ ਨਾਂ ਹੈ ਵਹੀਦ ਪਾਰਾ। ਵਹੀਦ ਪਾਰਾ ਨੂੰ ਇਹ NIA ਨੇ ਗ੍ਰਿਫ਼ਤਾਰ ਕਰ ਲਿਆ ਤੇ ਜਿਹੜੀ ਮਹਿਬੂਬਾ ਮੁਫਤੀ ਹੈ ਤੇ ਉਹਦੀ ਬੇਟੀ ਹੈਗੀ ਹੈ ਉਹ ਉਸੇ ਘਰ ਜਾਣਾ ਚਾਹੁੰਦੇ ਨੇ, ਪਰ ਜਿਹੜੀ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਵੱਲੋਂ ਜਿਹੜਾ ਹੈਗਾ ਇਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਤੇ ਇਸ ਗੱਲ ਕਰਕੇ ਉਨ੍ਹਾਂ ਨੇ ਫਿਰ ਜਿਹੜਾ ਹੈਗਾ ਸੁਰੱਖਿਆ ਫੋਰਸਾਂ ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਘਰ ਦੇ ਵਿਚ ਨਜ਼ਰਬੰਦ ਕਰ ਰੱਖਿਆ, ਉਨ੍ਹਾਂ ਨੂੰ ਸਿਆਸੀ ਸਰਗਰਮੀਆਂ ਨਹੀਂ ਚਲਾਉਣੀ ਦਿੱਤੀ ਜਾ ਰਹੀਆਂ ਤੇ ਜਿਹੜੇ ਜੇਕਰ ਉਹ ਕਿਸੇ ਨੂੰ ਮਿਲਣ ਤੱਕ ਵੀ ਜਾਂਦੇ ਤਾਂ ਉਨ੍ਹਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ, ਭਾਵੇਂ ਕਿ ਉਨ੍ਹਾਂ ਦੀ ਨਜ਼ਰਬੰਦੀ ਜਿਹੜੀ ਘਰ ਦੇ ਵਿਚ ਹੀ ਹੈ, ਪਹਿਲਾਂ ਵੀ ਨਜ਼ਰਬੰਦ ਇਸੇ ਤਰੀਕੇ ਨਾਲ ਰੱਖਿਆ ਗਿਆ ਸੀਗਾ। ਤੇ ਇਕ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ ਜੋ ਕੁਛ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਬੜੀ ਮੰਦਭਾਗੀ ਹੈ। ਮੰਦਭਾਗੀ ਇਸ ਗੱਲ ਕਰਕੇ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅਖਤਿਆਰ ਹੈ, ਇਸ ਗੱਲ ਦਾ ਹੱਕ ਹੈ ਕਿ ਉਹ ਇਕ ਦੂਜੇ ਦੇ ਨਾਲ ਗੱਠਜੋੜ ਕਰ ਸਕਦੀਆਂ ਨੇ, ਪਰ ਉਨ੍ਹਾਂ ਨੂੰ ਇਸ ਤਰੀਕੇ ਨਾਲ ਗੈਂਗ ਜਿਸ ਤਰੀਕੇ ਨਾਲ ਕਿਹਾ ਜਾਂਦਾ ਹੈ ਇਹ ਇਕ ਮਾੜੀ ਗੱਲ ਹੈ। ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਹੈ ਉਨ੍ਹਾਂ ਵੱਲੋਂ ਤਾਂ ਕਈ ਤਰੀਕੇ ਦੇ ਨਾਲ ਜਿਹੜੇ ਹੈਗਾ ਗੈਂਗ ਦੀ ਗੱਲ ਕੀਤੀ ਜਾਂਦੀ ਹੈ, ਖਾਨ ਮਾਰਕੀਟ ਗੈਂਗ ਜਾਂ ਟੁਕੜੇ ਟੁਕੜੇ ਗੈਂਗ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਨੇ ਸਿਆਸੀ ਪਾਰਟੀਆਂ ਵਾਸਤੇ ਸਿਆਸੀ ਲੀਡਰਾਂ ਵਾਸਤੇ ਇਹ ਬੜੀਆਂ ਮਾੜੀਆਂ ਕਹੀਆਂ ਜਾ ਸਕਦੀਆਂ ਨੇ। ਜੀ ਪਟਿਆਲੇ ਜ਼ਿਲ੍ਹੇ ਚ ਇਕ ਵੱਡੀ ਵਾਰਦਾਤ ਹੋਈ ਹੈ ਜੀ, 4 ਵਿਅਕਤੀਆਂ ਨੇ ਗੈਂਗ ਰੇਪ ਕੀਤਾ। ਇਹ ਆਪਣੇ ਆਪ ਵਿਚ ਇਸ ਗੱਲ ਕਰਕੇ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ ਕਿ ਜਦੋਂ ਪੂਰੇ ਭਾਰਤ ਦੇ ਵਿਚ ਜਿਹੜੇ ਰੇਪ ਹੈ ਜਾਂ ਆਪਣਾ ਬਲਾਤਕਾਰ ਹੈ ਉਸ ਖਿਲਾਫ਼ ਆਵਾਜ਼ ਉੱਠਦੀ ਆ ਰਹੀ ਹੈ, ਤੇ ਪੰਜਾਬ ਦੇ ਵਿਚ ਵੀ ਇਹ ਅਸੀਂ ਪਿਛਲੇ ਕਈ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਈ ਥਾਵਾਂ ਦੇ ਤਾਂ ਛੋਟੀਆਂ ਬੱਚੀਆਂ ਤੱਕ ਨਾਲ ਬਲਾਤਕਾਰ ਕੀਤਾ ਗਿਆ। ਤੇ ਇਸ ਸੰਬੰਧ ਵਿਚ ਇਕ ਔਰਤ ਹੈ 36 ਸਾਲ ਦੀ ਹੈ, ਉਸ ਨੇ ਪੁਲਿਸ ਦੇ ਵਿਚ ਇਕ ਰਿਪੋਰਟ ਲਿਖਾਈ ਹੈ ਕਿ ਉਹ ਰੈਡੀਮੇਡ ਕੱਪੜਿਆਂ ਦਾ ਕੰਮ ਕਰਦੀ ਸੀ। ਇਕ ਵਿਅਕਤੀ ਦੇ ਉੱਤੇ ਉਸਨੇ ਇਲਜ਼ਾਮ ਲਾਇਆ ਕਿ ਉਸਨੇ ਉਸ ਨੂੰ ਬੁਲਾਇਆ, ਫੋਨ ਕੀਤਾ ਕਿ ਰੈਡੀਮੇਡ ਕੱਪੜੇ ਆਏ ਹੋਏ ਨੇ ਆ ਕੇ ਲੈ ਜਾਓ, ਤਾਂ ਉਹ ਜਦੋਂ ਉਹ ਔਰਤ ਉਸ ਕੋਲ ਆਈ ਤਾਂ ਉਹ ਇਕ ਗੱਡੀ ਦੇ ਵਿਚ ਖੜਾ ਸੀਗਾ, ਗੱਡੀ ਦੇ ਕੋਲ ਖੜਾ ਸੀਗਾ ਤੇ ਉਹ ਇਕ ਵਿਅਕਤੀ ਹੋਰ ਉਹਦੇ ਨਾਲ ਸੀ, ਤੇ ਉਨ੍ਹਾਂ ਨੇ ਉਸ ਨੂੰ ਗੱਡੀ ਦੇ ਵਿਚ ਬਿਠਾਇਆ ਤੇ ਅੱਗੇ ਇਕ
ਘਰ ਦੇ ਵਿਚ ਲੈ ਗਏ ਜਿਥੇ ਚਾਰ ਬੰਦਿਆਂ ਦੇ ਨਾਲ ਨੇ ਉਸ ਦੇ ਨਾਲ ਰੇਪ ਕੀਤਾ ਤੇ ਕੁਛ ਲੋਕ ਇਸ ਤਰੀਕੇ ਦੇ ਨਾਲ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੀ ਇਹ ਔਰਤ ਸੀਗੀ ਬਚਲਨ ਸੀਗੀ ਤੇ ਉਸ ਨੇ ਇਹ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਹੈ ਇਲਜ਼ਾਮ ਲਗਾਇਆ ਗਿਆ। ਪਰ ਸਿੱਧੂ ਸਾਹਿਬ ਗੱਲ ਤਾਂ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਤੁਸੀਂ ਜੇਕਰ ਇੱਕ ਫਿਲਮ ਦੇਖੀ ਹੋਵੇ ਪਿੰਕ ਦੇ ਵਿਚ ਇਹ ਗੱਲ ਕੀਤੀ ਗਈ ਸੀ ਕਿ ਜਿਹੜੀ ਕਿ ਔਰਤ ਹੈ ਉਹਦਾ ਕਰੈਕਟਰ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਜੇਕਰ ਉਸ ਦੀ ਨਾ ਹੈ ਤੇ ਨਾ ਦਾ ਮਤਲਬ ਨਾ ਹੁੰਦਾ। ਇਹਦਾ ਮਤਲਬ ਇਹ ਨੀ ਦੇਖਿਆ ਜਾਂਦਾ ਕਿ ਉਸਦਾ ਕਰੈਕਟਰ ਕਿਹੋ ਜਿਹਾ ਤੇ ਇਸ ਸਬੰਧ ਵਿਚ ਇਹ ਬਲਾਤਕਾਰ ਹੀ ਮੰਨਿਆ ਜਾਊਗਾ ਤੇ ਭਾਵੇਂ ਕਿਸੇ ਦਾ ਕਿਰਦਾਰ ਕਿਹੋ ਜਿਹਾ ਕਿਉਂ ਨਾ ਹੋਵੇ ਪਰ ਜੋ ਕੁਛ ਇਹਨਾਂ ਬੰਦਿਆਂ ਨੇ ਕੀਤਾ ਤੇ ਇਹ ਇਕ ਮਾੜੀ ਗੱਲ ਹੈ ਤੇ ਇਸ ਸਬੰਧ ਵਿਚ ਉਨ੍ਹਾਂ ਦੇ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਕੁਛ ਬੰਦੇ ਗ੍ਰਿਫ਼ਤਾਰ ਵੀ ਕਰ ਲਏ ਗਏ ਨੇ ਤੇ ਦੋ ਬੰਦੇ ਹਲੇ ਫਰਾਰ ਦੱਸੇ ਜਾ ਰਹੇ ਹੈ ਤੇ ਛੇਤੀ ਹੀ ਇਨ੍ਹਾਂ ਦੇ ਖਿਲਾਫ਼ ਜਿਹੜਾ ਹੈਗਾ ਕਾਰਵਾਈ ਸ਼ੁਰੂ ਹੋ ਜਾਊਗੀ। ਗੁਰਦੁਆਰਾ ਬੰਗਲਾ ਸਾਹਿਬ ਚ ਹੁੱਲੜਬਾਜ਼ੀ ਕਿਵੇਂ ਹੋ ਗਈ ਜੀ? ਹੁੱਲੜਬਾਜ਼ੀ ਦਾ ਤਾਂ ਸਿੱਧੂ ਸਾਹਿਬ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ, ਕੁਛ ਵੀ ਪਤਾ ਨਹੀਂ ਲੱਗਦਾ ਕਿ ਕਿਵੇਂ ਹੋ ਸਕਦੀ ਹੈ। ਤੇ ਜਿਵੇਂ ਹੁਣ ਪਿਛਲੇ ਸਮੇਂ ਦੌਰਾਨ ਆਪਾਂ ਫਤਿਹਗੜ੍ਹ ਸਾਹਿਬ ਦੇ ਵਿਚ ਦੇਖੀ, ਇਕ ਲੜਕਾ ਆਇਆ, ਲੜਕਾ ਕਾਰ ਦੇ ਵਿਚੋਂ ਨਿਕਲਿਆ ਤੇ ਉਸ ਸਮੇਂ ਸੰਗਤ ਵੀ ਮੌਜੂਦ ਸੀ ਤੇ ਉਹ ਆਇਆ ਤੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈ ਪੰਨੇ ਜਿਹੜੇ ਅੰਗ ਭੰਗ ਕਰ ਦਿੱਤੇ। ਤੇ ਇਸੇ ਤਰੀਕੇ ਦੇ ਨਾਲ ਲੁਧਿਆਣੇ ਦੇ ਵਿਚ ਘਟਨਾ ਵਾਪਰੀ ਸੀ, ਉਹਦੇ ਵਿਚ ਇਹ ਦੇਖਣ ਨੂੰ ਵਿਚ ਮਿਲਿਆ ਕਿ ਇਕ ਜਿਹੜਾ ਪੱਤਰਕਾਰ ਆਪਣੇ ਆਪ ਨੂੰ ਲਾਈਨ ਲਾਈਟ ਦੇ ਵਿਚ ਲੈ ਕੇ ਆਉਣਾ ਚਾਹੁੰਦਾ ਸੀ ਜਾਂ ਮਸ਼ਹੂਰੀ ਚਾਹੁੰਦਾ ਸੀਗਾ, ਉਸ ਨੇ ਵੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਸੀ। ਤੇ ਇਸ ਜੋ ਸਵੇਰੀ ਅੱਜ ਘਟਨਾ ਵਾਪਰੀ ਹੈ ਉਹਦੇ ਵਿਚ ਹਲੇ ਗੁਰੂ ਗ੍ਰੰਥ ਸਾਹਿਬ ਨੂੰ ਹਲੇ ਲੈ ਕੇ ਆਉਣਾ ਸੀਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਜਿੱਥੇ ਰੱਖਿਆ ਜਾਂਦਾ ਉਹ ਥੜਾ ਹੈ, ਉਸ ਥੜੇ ਉੱਤੇ ਸਵੇਰੇ ਸਵੇਰੇ ਇਕ ਜਿਹੜਾ ਆਦਮੀ ਸੀਗਾ ਆ ਕੇ ਬੈਠ ਗਿਆ, ਬੈਠ ਕੇ ਫਿਰ ਉੱਥੇ ਲੰਮਾ ਪੈ ਗਿਆ ਤੇ ਉਸ ਸਬੰਧ ਵਿਚ ਜਿਹੜੇ ਉੱਥੇ ਦੇ ਸੇਵਾਦਾਰ ਸੀਗੇ ਉਨ੍ਹਾਂ ਨੇ ਉਹਨੂੰ ਖੜਾ ਕੀਤਾ ਤੇ ਉਹ ਦੱਸਿਆ ਇਹ ਜਾਂਦਾ ਕਿ ਉਹ ਜਿਹੜਾ ਹੈਗਾ ਤਾਮਿਲਨਾਡੂ ਦਾ ਰਹਿਣ ਵਾਲਾ ਸੀਗਾ ਤੇ ਇਸ ਸਮੇਂ ਉਹ ਪਹਾੜਗੰਜ ਦਿੱਲੀ ਦੇ ਵਿਚ ਰਹਿੰਦਾ ਸੀ ਤੇ ਉਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ। ਤੇ ਇਹਦੇ ਵਿਚ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਅੱਜ ਕੱਲ ਬਹੁਤ ਸਾਰੇ ਲੋਕ ਆਪਣਾ ਦਿਮਾਗੀ ਤਵਾਜਨ ਵੀ ਗਵਾ ਬਹਿੰਦੇ ਨੇ ਤੇ ਉਨ੍ਹਾਂ ਵੱਲੋਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਸ ਮੌਕੇ ਦੇ ਉੱਤੇ ਇਹ ਠੀਕ ਹੈ ਕਿ ਉੱਥੇ ਬਹੁਤ ਸਾਰੀਆਂ ਸੰਗਤਾਂ ਮੌਜੂਦ ਸੀਗੀਆਂ ਜਿਹੜੀਆਂ ਕਿ ਸੇਵਾ ਕਰ ਰਹੀਆਂ ਸੀ ਸਵੇਰੇ ਸਵੇਰੇ, ਉਨ੍ਹਾਂ ਨੇ ਉਨ੍ਹਾਂ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਇਹ ਹੈ ਕਿ ਅੱਜ ਕੱਲ ਜਿਹੜਾ ਹੈਗਾ ਜਿਹੜੇ ਗੁਰੂ ਘਰ ਨੇ ਉਨ੍ਹਾਂ ਨੂੰ ਵੀ ਜਿਹੜਾ ਹੈਗਾ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਖਾਸ ਤੌਰ ਤੇ ਜਿਹੜੇ ਸੇਵਾਦਾਰ ਉੱਥੇ ਲਾਏ ਜਾਂਦੇ ਨੇ ਉਨ੍ਹਾਂ ਨੂੰ ਪੂਰੀ ਚੌਕਸੀ ਵਧਾਉਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਅਜਿਹੀਆਂ ਘਟਨਾਵਾਂ ਬਹੁਤ ਜਲਦੀਆਂ ਵਾਪਰ ਰਹੀਆਂ ਨੇ। ਜੀ ਤਾਂ ਬਿਲਕੁਲ ਇਹ ਵੀ ਹੋਣਾ ਚਾਹੀਦਾ ਤੇ ਬੀਜੇਪੀ ਰਾਜ ਦੇ ਦਿਲ ਦੀ ਵੀਡੀਓ ਦਹਿਲਾਉਣ ਵਾਲੀ ਦਿਲ ਦਹਿਲਾਉਣ ਵਾਲੀ ਵੀਡੀਓ ਇਹ ਕਿੱਥੋਂ ਦੀ ਖਬਰ ਹੈ ਜੀ? ਉਂਝ ਤਾਂ ਜਿਸ ਵੀ ਅਖਬਾਰ ਨੇ ਇਹ ਖਬਰ ਦਿੱਤੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਵੈਬਸਾਈਟ ਤੇ ਖਬਰ ਆਈ ਹੈ, ਉਹਦੇ ਵਿਚ ਉਸ ਨੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕੀਤਾ ਹੈ। ਇਹ ਉੱਤਰ ਪ੍ਰਦੇਸ਼ ਦੀ ਖਬਰ ਹੈ ਪਰ ਦੇਖਣ ਵਿਚ ਇਹ ਆਇਆ ਕਿ ਜਿਹੜੀ ਹੈਲਥ ਲੈਵਲ ਦੇ ਉੱਤੇ ਅਣਗਹਿਲੀਆਂ ਹੁੰਦੀਆਂ ਨੇ ਉਹ ਸਿਰਫ਼ ਆਪਾਂ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ
ਨੂੰ ਹੀ ਇਲਜ਼ਾਮ ਨਹੀਂ ਦੇ ਸਕਦੇ ਹੈਗੇ। ਉਸ ਸੰਬੰਧ ਵਿਚ ਚਾਹੇ ਕਾਂਗਰਸ ਦੀ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ, ਉਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਖਾਸ ਤੌਰ ਤੇ ਹੈਲਥ ਮਾਮਲੇ ਦੇ ਵਿਚ ਤਾਂ ਅਸੀਂ ਬਹੁਤ ਕੁਛ ਦੇਖ ਚੁੱਕੇ ਹਾਂ ਕਿ ਰੋਜ਼ਾਨਾ ਹੀ ਇਨ੍ਹਾਂ ਗੱਲਾਂ ਬਾਰੇ ਆਪਾਂ ਡਿਸਕਸ਼ਨ ਵੀ ਕਰਦੇ ਹਾਂ, ਲੋਕਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਵੀ ਦਿੰਦੇ ਹਾਂ। ਇਹਦੇ ਵਿਚ ਇਕ ਜਿਹੜਾ ਉੱਤਰ ਪ੍ਰਦੇਸ਼ ਵਿਚ ਘਟਨਾ ਵਾਪਰੀ ਹੈ, ਇਕ ਲੜਕੀ ਸੀ ਉਹਦੇ ਨਾਲ ਐਕਸੀਡੈਂਟ ਹੋ ਗਿਆ। ਐਕਸੀਡੈਂਟ ਤੋਂ ਬਾਅਦ ਜਿਹੜੇ ਉਸ ਦੇ ਮਾਂ ਪਿਓ ਸੀ ਉਸ ਨੂੰ ਹਸਪਤਾਲ ਵਿਚ ਲੈ ਕੇ ਆ ਗਏ, ਤੇ ਪਹਿਲਾਂ ਤਾਂ ਹਸਪਤਾਲ ਦੇ ਜਿਹੜੇ ਪ੍ਰਸ਼ਾਸਨ ਨੇ, ਚਾਹੇ ਡਾਕਟਰ ਨੇ, ਚਾਹੇ ਉੱਥੇ ਦੇ ਮੁਲਾਜ਼ਮ ਨੇ, ਉਸ ਨੇ ਹੀ ਤਕਰੀਬਨ ਡੇਢ ਘੰਟਾ ਉਸ ਲੜਕੀ ਦੀ ਦੇਖਭਾਲ ਕੀਤੀ ਹੈਗੀ। ਜਦੋਂ ਫਿਰ ਇਲਾਜ ਸ਼ੁਰੂ ਹੋਇਆ ਉਸ ਤੋਂ ਬਾਅਦ ਦੇਰੀ ਹੋਣ ਕਰਕੇ ਉਸ ਲੜਕੀ ਦੀ ਮੌਤ ਹੋ ਗਈ। ਚਲੋ ਮੌਤ ਹੋਣ ਤੋਂ ਬਾਅਦ ਅਗਲੀ ਘਟਨਾ ਇਹ ਵਾਪਰੀ ਕਿ ਉਸ ਲੜਕੀ ਨੂੰ ਬਿਲਕੁਲ ਲਵਾਰਸ ਛੱਡ ਕੇ ਰੱਖ ਦਿੱਤਾ ਤੇ ਉਸ ਦੇ ਉੱਤੇ ਚਾਦਰ ਪਾ ਦਿੱਤੀ। ਖੜੀ ਜਿਹੜੀ ਖਾਸ ਤੌਰ ਤੇ ਜਿਹਨੇ ਮੌਰਚਰੀ ਦੇ ਵਿਚ ਨਹੀਂ ਲੈ ਕੇ ਗਏ, ਤੇ ਇਨ੍ਹਾਂ ਨੂੰ ਇਕ ਕੁੱਤਾ ਆਇਆ, ਕੁੱਤੇ ਦੀ ਜਿਹੜੀ ਹੈ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ, ਤੇ ਉਸ ਕੁੱਤੇ ਨੇ ਉਸ ਜਿਹੜੀ ਐਕਸੀਡੈਂਟ ਨਾਲ ਮਰੀ ਹੋਈ ਲੜਕੀ ਸੀਗੀ ਉਸ ਦਾ ਜਿਹੜਾ ਮੀਟ ਖਾਣਾ ਸ਼ੁਰੂ ਕਰਤਾ, ਤੇ ਇਸ ਕਰਕੇ ਇਹ ਇਕ ਜਿਹੜੀ ਹੈਗੀ ਆਪਾਂ ਹਸਪਤਾਲ ਦੀ ਅਣਗਹਿਲੀ ਕਰ ਰਹੇ, ਚਾਹੇ ਉੱਥੇ ਮੁਲਾਜ਼ਮਾਂ ਦੀ ਅਣਗਹਿਲੀ ਕਰ ਰਹੀ ਹੈ, ਤੇ ਇਹ ਵੀਡੀਓ ਜਿਹੜੀ ਆਈ ਹੈ ਤੇ ਉਹ ਕਾਫੀ ਵਾਇਰਲ ਹੋ ਚੁੱਕੀ ਹੈ, ਤੇ ਇਸ ਗੱਲ ਕਰਕੇ ਇਸ ਸਰਕਾਰ ਦੀ ਬਦਨਾਮੀ ਵੀ ਹੋ ਰਹੀ ਹੈ। ਪਰ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਇਹ ਸਿਰਫ ਯੂਪੀ ਦੇ ਵਿਚ ਨਹੀਂ ਵਾਪਰ ਰਹੀਆਂ, ਬਿਹਾਰ ਚ ਵੀ ਵਾਪਰ ਰਹੀਆਂ, ਪੰਜਾਬ ਦੇ ਵਿਚ ਅਸੀਂ ਲਗਾਤਾਰ ਕਈ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ। ਖਾਸ ਤੌਰ ਤੇ ਬਠਿੰਡੇ ਦੇ ਸਿਵਲ ਹਸਪਤਾਲ ਦੀ ਗੱਲ ਕਰਦੇ ਹਾਂ, ਜਿੱਥੇ ਬੱਚਿਆਂ ਜਿਹੜੇ ਥਲਸੀਮੀਆ ਦੇ ਬੱਚੇ ਨੇ ਜਿਹੜੇ ਕਿ ਬਿਮਾਰ ਰਹਿੰਦੇ ਨੇ ਤੇ ਉਨ੍ਹਾਂ ਨੂੰ HIV ਪਾਜ਼ਿਟਿਵ ਜਿਹੜਾ ਖੂਨ ਚੜਾ ਦਿੱਤਾ ਗਿਆ, ਜਿਹਦੇ ਕਰਕੇ ਉਹ ਬੱਚਿਆਂ ਦੇ ਜਿਹੜੇ ਖਾਸ ਤੌਰ ਤੇ ਉਹਦੇ ਹਾਲਤ ਗੰਭੀਰ ਬਣੀ ਹੋਈ ਹੈ। ਪਿਛਲੇ ਕਈ ਜਿਹੜੇ ਹੈ ਦਿਨਾਂ ਤੋਂ ਉੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਹੋਰ ਵੀ ਬਹੁਤ ਕੁਛ ਵਾਪਰਦਾ, ਇਹ ਆਪਣੇ ਆਪ ਚ ਬਹੁਤ ਹੀ ਮਾੜੀ ਗੱਲ ਹੈ, ਕਿਉਂਕਿ ਸਾਡਾ ਜਿਹੜੇ ਸਟਾਫ ਨੇ ਬਿਲਕੁਲ ਆਪਣੀ ਜਿਹੜੀ ਡਿਊਟੀਆਂ ਨੇ ਸਹੀ ਢੰਗ ਨਾਲ ਨਹੀਂ ਕਰਦੇ, ਤਾਂ ਹੀ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੀ। ਤੇ ਅੰਮ੍ਰਿਤਸਰ ਦੇ ਵਿਚ ਇਕ ਵਾਰਦਾਤ ਹੋਈ ਹੈ ਜੀ, ਗੈਂਗਸਟਰਾਂ ਨੇ ਕਤਲ ਕੀਤਾ ਇਕ ਨੌਜਵਾਨ ਦਾ ਤੇ ਮੁੜ ਕੇ ਭੰਗੜੇ ਪਾਏ ਨੇ। ਇਹ ਜਿਹੜੀ ਅੰਮ੍ਰਿਤਸਰ ਦੇ ਵਿਚ ਘਟਨਾ ਵਾਪਰੀ ਹੈ ਤੇ ਇਸ ਜਦੋਂ ਜਿਸ ਲੜਕੇ ਨੂੰ ਮਾਰਿਆ ਗਿਆ ਹੈ ਉਹਦਾ ਨਾਂ ਹੈ ਮਨੀ, ਉਸ ਦਾ ਭਰਾ ਸਨੀ ਹੈ ਜੇਲ੍ਹ ਦੇ ਵਿਚ ਰੱਖਿਆ ਹੋਇਆ ਹੈ। ਉਹ ਵੀ ਉਸ ਵੇਲੇ ਵੀ ਕੋਈ ਅਜਿਹਾ ਕਾਰਵਾਈ ਕੀਤੀ ਹੈ ਜਿਸ ਗੱਲ ਕਰਕੇ ਉਹ ਜੇਲ੍ਹ ਚ ਇਸ ਸਮੇਂ ਹੈਗਾ, ਤੇ ਉਹਦੀ ਜਿਹੜੀ ਆਪਸ ਦੀ ਰੰਜਿਸ਼ ਹੈਗੀ ਹੈ ਉਹ ਗੈਂਗਸਟਰ ਸ਼ੁਭਮ ਹੈ ਉਹਨਾਂ ਨਾਲ ਰੰਜਿਸ਼ ਚਲਦੀ ਆ ਰਹੀ ਸੀਗੀ, ਤੇ ਇਸ ਰੰਜਿਸ਼ ਦੇ ਕਾਰਨ ਇਹ ਜਿਹੜਾ ਲੜਕਾ ਨੌਜਵਾਨ ਹੈ ਮਨੀ ਹੈ ਉਸ ਦੇ ਘਰ ਸ਼ਰੇਆਮ ਗੋਲੀ ਮਾਰੀ ਗਈ, ਤੇ ਗੋਲੀ ਮਾਰ ਤੋਂ ਬਾਅਦ ਜਿਹੜੇ ਗੈਂਗਸਟਰ ਸੀਗੇ ਉਨ੍ਹਾਂ ਨੇ ਭੰਗੜਾ ਪਾਇਆ। ਤੇ ਇਸ ਮਾਮਲੇ ਦੇ ਵਿਚ ਅਸੀਂ ਇਹ ਗੱਲ ਵੀ ਕਹਿ ਸਕਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਇਸ ਗੱਲ ਦਾ ਦਾਅਵਾ ਕਰਦੀ ਆ ਰਹੀ ਸੀ ਕਿ ਅਸੀਂ ਗੈਂਗਸਟਰਾਂ ਨੂੰ ਖਤਮ ਕਰ ਦਿੱਤਾ, ਤੇ ਕੁਝ ਸਮੇਂ ਦੇ ਆਪਾਂ ਦੇਖ ਵੀ ਸਕਦੇ ਹਾਂ ਕਿ ਬਹੁਤ ਸਾਰੇ ਗੈਂਗਸਟਰ ਫੜੇ ਵੀ ਹੈ, ਪਰ ਇਹਦੇ ਨਾਲ ਨਾਲ ਜਿਹੜੇ ਗੈਂਗਸਟਰ ਨੇ ਫਿਰ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿਚ ਵਿਸਰਨ ਲੱਗ ਗਏ ਨੇ ਤੇ ਉਨ੍ਹਾਂ ਵੱਲੋਂ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਨੇ। ਤੇ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਤੋਂ ਇਕ ਦਿਨ ਪਹਿਲਾਂ ਹੀ ਇਕ ਘਟਨਾ ਇਹ ਵਾਪਰੀ ਸੀਗੀ ਕਿ
ਜਿਹੜਾ ਇੱਕ ਵਿਅਕਤੀ ਸੀ ਸੈਲੂਨ ਦੇ ਵਿੱਚ ਵਾਲ ਕਟਾ ਰਿਹਾ ਸੀਗਾ ਤੇ ਦੋ ਮੋਟਰਸਾਈਕਲ ਵਾਲੇ ਆਏ ਤੇ ਉਸ ਉਹਨਾਂ ਨੇ ਵੀ ਉਸ ਤੇ ਗੋਲੀ ਮਾਰਤੀ। ਇਹ ਹਰੇ ਕੱਲ ਦੀ ਉਹ ਗੱਲ ਹੈ ਤੇ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰ ਫੇਰ ਸ਼ਰੇਆਮ ਜਿਹੜੇ ਘੁੰਮਣ ਫਿਰਨ ਲੱਗ ਪਏ ਨੇ ਤੇ ਪੰਜਾਬ ਦੀ ਜਿਹੜੀ ਆਪਣਾ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਹੈ ਉਹ ਕਾਫੀ ਗੰਭੀਰ ਹੋ ਚੁੱਕੀ ਹੈ ਤੇ ਜਿਹੜੇ ਇਸ ਤਰੀਕੇ ਦੇ ਜਿਹੜੇ ਨੌਜਵਾਨ ਨੇ ਬੰਦੂਕਾਂ ਚੱਕੀ ਫਿਰਦੇ ਪਿਸਤੌਲ ਚੱਕੀ ਫਿਰਦੇ ਸ਼ਰੇਆਮ ਗੋਲੀਆਂ ਮਾਰਦੇ ਨੇ ਭਾਵੇਂ ਹਾਲੇ ਤੱਕ ਉਹ ਘਟਨਾ ਵਾਪਰੀਆਂ ਨੇ ਜਿਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੀ ਦੁਸ਼ਮਣੀਆਂ ਦੇ ਕਾਰਨ ਐਸੀ ਆ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ। ਪਰ ਇਹਦੇ ਨਾਲ ਨਾਲ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਜੋ ਕੁਛ ਵੀ ਇਹ ਹੋ ਰਿਹਾ ਉਸ ਸਬੰਧ ਵਿੱਚ ਪੁਲਿਸ ਨੂੰ ਫਿਰ ਜ਼ਿਆਦਾ ਦੁਬਾਰਾ ਗੰਭੀਰ ਹੋਣਾ ਚਾਹੀਦਾ ਕਿ ਜਿਹੜੇ ਗੈਂਗਸਟਰ ਸ਼ਰੇਆਮ ਫਿਰਦੇ ਨੇ ਤੇ ਦੇਖਣ ਦੇ ਵਿੱਚ ਤਾਂ ਇਹ ਵੀ ਆਇਆ ਕਿ ਜਿਵੇਂ ਹੁਣ ਪਿਛਲੇ ਦਿਨੀ ਜਿਹੜਾ ਡੇਰਾ ਪ੍ਰੇਮੀ ਸੀਗਾ ਮਨੋਹਰ ਲਾਲ ਜਿਸ ਨੂੰ ਕਿ ਗੈਂਗਸਟਰ ਨੇ ਗੋਲੀ ਮਾਰੀ ਤੇ ਗੈਂਗਸਟਰਾਂ ਨੇ ਫੇਸਬੁੱਕ ਦੇ ਉੱਤੇ ਸ਼ਰੇਆਮ ਉਸ ਦੀ ਜਿੰਮੇਵਾਰੀ ਵੀ ਲਈ ਕਿ ਅਸੀਂ ਇਸ ਨੂੰ ਮਾਰਿਆ ਤੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਗੈਂਗਸਟਰ ਨੇ ਸਿਰਫ ਵਾਰਦਾਤਾਂ ਨੂੰ ਅੰਜਾਮ ਹੀ ਨਹੀਂ ਦੇ ਰਹੇ ਤੇ ਉਨ੍ਹਾਂ ਦੀ ਜਿੰਮੇਵਾਰੀ ਵੀ ਲੈ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਜਿਹੜੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋਏ ਪਏ ਨੇ ਤੇ ਇਸ ਸਬੰਧ ਵਿੱਚ ਜਿਹੜੀ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਗੈਂਗਸਟਰਾਂ ਦੇ ਨੱਥ ਪਾਉਣੀ ਚਾਹੀਦੀ ਹੈ। ਹਰਿਆਣਾ ਦਾ ਨੂੰਹ ਇਲਾਕਾ ਤੇ ਇੱਥੇ ਚਾਰ ਭੈਣਾਂ ਦਾ ਕਤਲ ਹੋਇਆ ਜੀ ਤੇ ਮਾਂ ਦੇ ਖਿਲਾਫ਼ ਕੇਸ ਦਰਜ ਹੈ, ਕੀ ਮਾਮਲਾ? ਇਹ ਵੀ ਘਟਨਾ ਆਪਾਂ ਉਸੇ ਤਰੀਕੇ ਨਾਲ ਕਹਿ ਸਕਦੇ ਹਾਂ ਜਿਵੇਂ ਕਿ ਪਿਛਲੇ ਦਿਨੀ ਲੁਧਿਆਣੇ ਚ ਵਾਪਰੀ। ਉਹਦੇ ਵਿਚ ਜਿਹਦੇ ਆਪਾਂ ਕੱਲ ਗੱਲ ਕਰ ਰਹੇ ਸੀਗੇ ਉਸਨੇ ਜਿਹੜਾ ਖੁਦਕੁਸ਼ੀ ਖੁਦ ਵੀ ਕਰ ਲਈ ਤੇ ਉਸ ਜਿਹੜਾ ਹੈਗਾ ਉਸਨੇ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ, ਆਪਣੇ ਘਰ ਵਾਲੀ ਨੂੰ, ਆਪਣੇ ਪੁੱਤ ਨੂੰ, ਆਪਣੀ ਨੂੰਹ ਨੂੰ, ਆਪਣੇ ਪੋਤੇ ਨੂੰ ਵੀ ਮਾਰਤਾ ਸੀਗਾ। ਤੇ ਇਸੇ ਤਰੀਕੇ ਦੇ ਨਾਲ ਬਠਿੰਡੇ ਦੇ ਵਿਚ ਇਹ ਘਟਨਾ ਵਾਪਰੀ ਸੀ ਜਿਹਦੇ ਵਿਚ ਇਕ ਪ੍ਰੇਮੀ ਨੇ ਆਪਣੇ ਜਿਹੜਾ ਹੈਗਾ ਖਾਸ ਤੌਰ ਇਕ ਲੜਕੀ ਉਹਦੇ ਪਿਓ ਉਹਦੀ ਮਾਂ ਦੋਨਾਂ ਨੂੰ ਤਿੰਨਾਂ ਨੂੰ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਰਹੀ ਸੀ। ਇਸੇ ਤਰੀਕੇ ਦੇ ਜਿਹੜੀ ਇਹ ਨੂੰਹ ਜ਼ਿਲ੍ਹਾ ਉਹਦੇ ਵਿਚ ਪਿੰਡ ਪਿਪਰੌਲੀ ਹੈ ਉਹਦੇ ਵਿਚ ਇਕ ਔਰਤ ਹੈ, ਔਰਤ ਨੇ ਆਪਣੀ ਹੀ ਚਾਰ ਧੀਆਂ ਨੂੰ ਮਾਰਤਾ। ਬਾਅਦ ਵਿਚ ਸ਼ਾਇਦ ਇਹ ਹੈ ਕਿ ਖੁਦ ਵੀ ਉਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਤੇ ਇਸ ਸਬੰਧ ਵਿਚ ਜਿਹੜਾ ਇਸ ਘਰ ਦਾ ਮਾਲਕ ਸੀਗਾ ਉਸਨੇ ਪੁਲਿਸ ਦੇ ਕੋਲ ਜਿਹੜੀ ਹੈ ਰਿਪੋਰਟ ਲਿਖਾਈ ਹੈ ਤੇ ਉਹਦੇ ਵਿਚ ਆਪਣੀ ਘਰਵਾਲੀ ਨੂੰ ਹੀ ਦੋਸ਼ੀ ਦੱਸਿਆ ਤੇ ਜਿਹੜੀ ਪੁਲਿਸ ਹੈ ਉਸਨੇ ਇਸ ਸਬੰਧ ਵਿਚ ਕਾਰਵਾਈ ਕੀਤੀ ਹੈ। ਤੇ ਇਹਦੇ ਨਾਲ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਕੱਲ ਜਿਹੜਾ ਧਿਆਨ ਇਹ ਚੱਲ ਰਿਹਾ ਇਹ ਬਹੁਤ ਹੀ ਜ਼ਿਆਦਾ ਮਨਤਿਕ ਭਾਗ ਹੈ। ਉਹਦੇ ਵਿਚ ਦੇਖਣ ਨੂੰ ਇਹ ਵੀ ਮਿਲ ਰਿਹਾ ਕਿ ਜਿਹੜੇ ਪਰਿਵਾਰ ਦੇ ਜਿਹੜੇ ਮੁਖੀ ਹੁੰਦੇ ਨੇ ਚਾਹੇ ਕਿਤੇ ਔਰਤ ਹੁੰਦੀ ਹੈ ਕਿਤੇ ਮਰਦ ਹੁੰਦਾ ਉਹ ਆਪਣੇ ਬੱਚਿਆਂ ਤੱਕ ਨੂੰ ਹੀ ਮਾਰ ਦਿੰਦੇ ਆ। ਤੇ ਹਰਿਆਣੇ ਦੀ ਹੀ ਕੁਛ ਦਿਨ ਪਹਿਲਾਂ ਆਪਾਂ ਇੱਕ ਖ਼ਬਰ ਸਾਂਝੀ ਕੀਤੀ ਸੀ ਜਿਹਦੇ ਵਿਚ ਮੀਆਂ ਬੀਬੀ ਦੀ ਆਪਸ ਦੇ ਵਿਚ ਲੜਾਈ ਹੋ ਗਈ ਸੀ ਤਾਂ ਜਿਹੜਾ ਮਰਦ ਸੀਗਾ ਉਸ ਘਰ ਦਾ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਉਹ ਆਪਣੇ ਛੋਟੇ ਛੋਟੇ ਤਿੰਨ ਬੱਚਿਆਂ ਨੂੰ ਬਾਜ਼ਾਰ ਲੈ ਗਿਆ ਤੇ ਉਨ੍ਹਾਂ ਨੂੰ ਇਸ ਗੱਲ ਦਾ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਖਾਣ ਵਾਲੀ ਚੀਜ਼ ਲੈ ਕੇ ਦੇਊਗਾ ਤੇ ਬਾਅਦ ਵਿਚ ਉਹਨੂੰ ਨਹਿਰ ਦੇ ਵਿਚ ਤਿੰਨਾਂ ਬੱਚਿਆਂ ਨੂੰ ਸੁੱਟ ਦਿੱਤਾ ਸੀਗਾ ਤੇ ਉਸ ਖਿਲਾਫ਼ ਵੀ ਕਾਰਵਾਈ ਹੋਈ ਹੈ ਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਇਹ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਬਣ ਚੁੱਕਾ ਹੈ ਕਿ ਜਿਹੜੀ ਅੱਜ ਕੱਲ ਲੜਾਈ ਕਹਿ ਸਕਦੇ ਹਾਂ ਮੀਆਂ ਬੀਬੀ ਦੀ ਹੁੰਦੀ ਹੈ ਤੇ ਜਿਹੜਾ ਇਸ ਖਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ। ਜਿਵੇਂ ਲੁਧਿਆਣੇ ਦੀ ਘਟਨਾ ਵਾਪਰੀ ਸੀਗੀ ਉਹਦੇ ਵਿਚ ਜਿਹੜਾ ਸਾਲਾ ਸੀਗਾ ਉਹ ਆਪਣੀ ਨੂੰਹ ਤੋਂ ਤੰਗ ਸੀਗਾ। ਠੀਕ ਹੈ
ਉਸ ਦੀ ਜੇਕਰ ਉਹ ਆਪਣੀ ਨੂੰਹ ਤੋਂ ਤੰਗ ਹੈ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿ ਸਕਦਾ ਸੀ, ਆਪਣੇ ਘਰ ਵਾਲੀ ਨੂੰ ਅਲੱਗ ਰੱਖ ਸਕਦਾ ਸੀਗਾ, ਪਰ ਉਹ ਉੱਥੇ ਬਿਲਕੁਲ ਉੱਡ ਰਿਹਾ ਤੇ ਉਸ ਨੇ ਜਿਹੜਾ ਹੈਗਾ ਪੂਰੇ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ। ਇਹ ਜੋ ਕੁਛ ਹੋ ਰਿਹਾ ਬਹੁਤ ਹੀ ਮਾੜੀ ਗੱਲ ਹੈ, ਇਸ ਨੂੰ ਜਿਹੜਾ ਹੈਗਾ ਇਹ ਜੋ ਘਟਨਾਵਾਂ ਵਾਪਰਨੀਆਂ ਨੇ ਬਹੁਤ ਦਿਲ ਕੰਬਾਉਣ ਨੇ, ਇਹਨਾਂ ਦੇ ਉੱਤੇ ਲਗਾਮ ਲੱਗਣੀ ਚਾਹੀਦੀ ਹੈ। ਸਹੀ ਗੱਲ, ਲਗਾਮ ਤੇ ਲੱਗਣੀ ਚਾਹੀਦੀ ਹੈ ਜੀ। ਬੀਜੇਪੀ ਦਾ ਇਕ ਹੋਰ ਐਲਾਨ ਹੈ, ਕਹਿੰਦੇ ਬਿਹਾਰ ਤੋਂ ਹੁਣ ਰਾਜ ਸਭਾ ਦੇ ਮੈਂਬਰ ਹੋਣਗੇ ਸੁਸ਼ੀਲ ਮੋਦੀ। ਸੁਸ਼ੀਲ ਮੋਦੀ ਜਿਨ ਬਾਰੇ ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਸੀਗਾ ਕਿ ਉਹ ਬਿਹਾਰ ਦੇ ਵਿਚ ਉਪ ਮੁੱਖ ਮੰਤਰੀ ਬਣੇ ਹੋਏ ਸੀਗੇ ਜਦੋਂ ਨਿਤੀਸ਼ ਕੁਮਾਰ ਦੀ ਸਰਕਾਰ ਪਹਿਲਾਂ ਦੀ ਸੀ, ਤੇ ਇਸ ਜਦੋਂ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਇਕ ਵੱਡੀ ਪਾਰਟੀ ਦੇ ਰੂਪ ਦੇ ਵਿਚ ਉਭਰੀ ਹੈ ਤੇ ਨਿਤੀਸ਼ ਕੁਮਾਰ ਦੀ ਪਾਰਟੀ ਛੋਟੀ ਪਾਰਟੀ ਬਣੀ ਹੈ, ਤੇ ਉਂਝ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਜੋ ਐਲਾਨ ਕੀਤਾ ਸੀਗਾ ਕਿ ਜਿਹੜਾ ਖਾਸ ਤੌਰ ਤੇ ਆਪਾਂ ਭਾਰਤੀ ਜਿਹੜਾ ਨਿਤੀਸ਼ ਕੁਮਾਰ ਮੁੱਖ ਮੰਤਰੀ ਰਹਿਣਗੇ ਤੇ ਉਹਨਾਂ ਨੂੰ ਹੀ ਉਹਨਾਂ ਦਾ ਚਿਹਰਾ ਉਹਨਾਂ ਨੇ ਪ੍ਰਚਾਰਿਆ ਸੀਗਾ ਤੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਸੀਗਾ, ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਦੋ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾਏ ਨੇ, ਪਰ ਜਿਹੜਾ ਆਪਣਾ ਸੁਸ਼ੀਲ ਮੋਦੀ ਸੀ ਉਹਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਸੀਗਾ। ਪਰ ਹੁਣ ਜਿਹੜਾ ਹੈਗਾ ਸੁਸ਼ੀਲ ਮੋਦੀ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਤੇ ਉਸ ਤੋਂ ਅਜਿਹਾ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਸੁਸ਼ੀਲ ਮੋਦੀ ਨੂੰ ਕੇਂਦਰ ਦੇ ਵਿਚ ਮੰਤਰੀ ਬਣਾਇਆ ਜਾ ਸਕਦਾ। ਤੇ ਇਹਦੇ ਨਾਲ ਨਾਲ ਇਕ ਹੋਰ ਵੀ ਗੱਲ ਇਹ ਹੈ ਕਿ ਜਿਹੜਾ ਚਿਰਾਗ ਪਾਸਵਾਨ ਹੈ ਜਿਹੜਾ ਕਿ ਚਾਹ ਰਿਹਾ ਸੀ ਕਿ ਉਨ੍ਹਾਂ ਦੀ ਮਾਤਾ ਰਾਜ ਸਭਾ ਦੇ ਵਿਚ ਜਾਵੇ ਤੇ ਬਾਅਦ ਵਿਚ ਉਸ ਨੂੰ ਜਿਹੜਾ ਹੈਗਾ ਕੌਮੀ ਜਮਹੂਰੀ ਗਠਜੋੜ ਦਾ ਹਿੱਸੇ ਦੇ ਰੂਪ ਵਿਚ ਇਕ ਮੰਤਰੀ ਬਣਾਇਆ ਜਾ ਸਕਦਾ ਹੈ, ਤੇ ਉਹ ਜਿਹੜਾ ਹੈਗਾ ਚਿਰਾਗ ਪਾਸਵਾਨ ਨੇ ਜੋ ਵੀ ਸੋਚਿਆ ਸੀ ਜੋ ਫੈਸਲਾ ਕੀਤਾ ਸੀ ਜਾਂ ਆਪਾਂ ਕਹਿ ਸਕਦੇ ਹਾਂ ਇਕ ਸੁਪਨਾ ਲਿਆ ਸੀਗਾ ਉਹ ਸੁਪਨਾ ਹੁਣ ਪੂਰਾ ਨਜ਼ਰ ਨਹੀਂ ਆ ਰਿਹਾ ਕਿ ਉਹਦਾ ਕਾਰਨ ਇਹ ਹੈ ਕਿ ਜਿਹੜਾ ਨਿਤੀਸ਼ ਕੁਮਾਰ ਆ ਉਹ ਜਿਹੜਾ ਇਨ੍ਹਾਂ ਦਾ ਬਹੁਤ ਵੱਡਾ ਵਿਰੋਧ ਕਰ ਰਿਹਾ ਚਿਰਾਗ ਪਾਸਵਾਨ ਦਾ, ਤੇ ਹੁਣ ਜਿਹੜਾ ਹੈਗਾ ਸੁਸ਼ੀਲ ਮੋਦੀ ਹੀ ਜਿਹੜੇ ਰਾਜ ਸਭਾ ਦੇ ਮੈਂਬਰ ਬਣਨਗੇ ਤੇ ਬਾਅਦ ਵਿਚ ਉਨ੍ਹਾਂ ਨੂੰ ਮੰਤਰੀ ਬਣਾਏ ਜਾਣ ਦੀ ਵੀ ਵੱਡੀ ਸੰਭਾਵਨਾ ਹੈ ਜੀ। ਤੇ ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਤੁਹਾਡਾ। ਕੋਈ ਹੋਰ ਕਿਸਾਨੀ ਨਾਲ ਸੰਬੰਧਿਤ ਅਪਡੇਟ ਤਾਂ ਨਹੀਂ ਆਇਆ ਨਵਾਂ ਜੀ? ਹਾਂਜੀ, ਕਿਸਾਨੀ ਨਾਲ ਸੰਬੰਧਿਤ ਕੋਈ ਨਵਾਂ ਅਪਡੇਟ ਤਾਂ ਨਹੀਂ ਆਇਆ ਮੈਂ ਕਿਹਾ ਤੁਹਾਡੇ ਕੋਲ ਹੁਣ? ਮੈਂ ਇਸ ਸੰਬੰਧ ਵਿਚ ਇਕ ਨਿਗਾਹ ਮਾਰ ਲੈਣਾ, ਤੇ ਪਰ ਹੱਦ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਰਾੜੀ ਦੇ ਵਿਚ ਸਾਰੀ ਜਥੇਬੰਦੀਆਂ ਜਾਣ ਵਾਸਤੇ ਤਿਆਰ ਨਹੀਂ ਹੈਗੀਆਂ, ਭਾਵੇਂ ਕਿ ਕੇਂਦਰ ਸਰਕਾਰ ਨੇ ਇਜਾਜ਼ਤ ਤਾਂ ਦੇ ਦਿੱਤੀ ਹੈ, ਪਰ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤੀ ਹੈ ਤੇ ਜਿਹੜੀਆਂ ਜਥੇਬੰਦੀਆਂ ਨੇ ਇਹੀ ਕਹਿ ਰਹੀਆਂ ਨੇ ਜਾਂ ਤਾਂ ਉਹਨੂੰ ਰਾਮਲੀਲਾ ਮੈਦਾਨ ਵਿਚ ਭੇਜਿਆ ਜਾਵੇ ਜਾਂ ਫਿਰ ਜਿਹੜਾ ਜੰਤਰ ਮੰਤਰ ਦੇ ਉੱਤੇ ਇਹ ਧਰਨਾ ਲਾਉਣ ਦਿੱਤਾ ਜਾਣਾ ਚਾਹੀਦਾ। ਪਰ ਕੇਂਦਰ ਨੂੰ ਇਹ ਗੱਲ ਵੀ ਪਤਾ ਹੈ ਕਿ ਜੇਕਰ ਏਡੀ ਵੱਡੀ ਗਿਣਤੀ ਦੇ ਵਿਚ ਜਿਹੜਾ ਰਾਮਲੀਲਾ ਮੈਦਾਨ ਦੇ ਵਿਚ ਜਾਂ ਕਹਿ ਲਈਏ ਕਿ ਜੰਤਰ ਮੰਤਰ ਦੇ ਉੱਤੇ ਭੇਜਿਆ ਜਾਂਦਾ ਤਾਂ ਪੂਰੀ ਦਿੱਲੀ ਹੀ ਜਿਹੜੀ ਹੈ ਰੁਕ ਜਾਊਗੀ, ਕਿਉਂਕਿ ਇਹ ਬਹੁਤ ਵੱਡੀ ਗਿਣਤੀ ਦੇ ਵਿਚ ਕਿਸਾਨ ਇਕੱਠੇ ਹੋ ਰਹੇ ਨੇ। ਸਿਰਫ ਸਮੱਸਿਆ ਇਹ ਨਹੀਂ ਹੋਣੀ ਹੈਗੀ ਕਿ ਉਨ੍ਹਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਹੋਊਗਾ, ਕਿਉਂਕਿ ਦੂਜੀ ਗੱਲ ਹੈ ਵੀ ਏਡੀ ਵੱਡੀ ਜਨਤਾ ਦੇ ਲਈ ਇਹ ਸਭ ਤੋਂ ਵੱਡਾ ਮੁੱਦਾ ਇਹ ਵੀ ਹੋਊਗਾ ਕਿ ਜਿਹੜਾ ਸਵੱਛ ਭਾਰਤ ਹੈ ਤੁਸੀਂ ਖਾਣਾ ਪੀਣਾ ਹੀ ਇਕ ਵੱਡੀ ਗੱਲ ਦੀ ਹੋਗੀ, ਦੂਜੀ ਗੱਲ ਇਹ ਵੀ ਹੈ
ਕਿ ਇਹਨਾਂ ਇੰਨੇ ਵੱਡੇ ਲੋਕਾਂ ਵਾਸਤੇ ਜਿਹੜਾ ਟਾਇਲਟ ਦਾ ਪ੍ਰਬੰਧ ਵੀ ਹੋਣਾ ਚਾਹੀਦਾ, ਤਾਂ ਹੀ ਜਿਹੜਾ ਹੈਗਾ ਦਿੱਲੀ ਲਈ ਇਹ ਬਹੁਤ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਤੇ ਚੁਣੌਤੀ ਹੈ ਬਹੁਤ ਵੱਡੀ। ਜੀ ਬਿਲਕੁਲ, ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਤੁਹਾਡਾ ਜੁੜਨ ਵਾਸਤੇ। ਕਦੇ ਮਿੱਤਰਾਂ ਦੀ ਖੰਘ, ਬਾਈ ਦੀ ਖੰਘ ਤੋਂ ਪਤਾ ਲੱਗ ਗਿਆ ਕਿ ਲਾਈਨ ਕੱਟ ਗਈ ਤੇ ਆਪਾਂ ਹੁਣ ਗਾਂਹ ਚੱਲਦੇ ਹਾਂ। ਓਨੀ ਖੰਘ ਚ ਕਿਸੇ ਦੇ ਖੰਘਣਾ ਵੈਸੇ।